ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ. ਅੱਜ ਦਾ ਮੁੱਦਾ ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਉਹਨਾਂ ਭਗਦੇ ਮਸਲਿਆਂ ਨੂੰ ਲੈ ਕੇ ਆਉਂਦੇ ਹਾਂ ਤੁਹਾਡੀ ਖਿਦਮਤ ਦੇ ਵਿੱਚ, ਜਿਸ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ ਔਰ ਤੁਸੀਂ ਵੀ ਰੋਜ਼ਾਨਾ ਸਾਡੇ ਨਾਲ ਜੁੜਦੇ ਹੋ ਔਰ ਆਪਣੇ ਵਿਚਾਰ ਔਰ ਆਪਣੇ ਪ੍ਰਤੀਕਰਮ, ਆਪਣੇ ਤਰਕ ਜਿਹੜੇ ਆ ਉਹ ਤੁਸੀਂ ਇਸ ਮੰਚ ਦੇ ਉੱਤੇ ਰੱਖਦੇ ਹੋ. ਅਸੀਂ ਕਈ ਅਜਿਹੇ ਮਸਲਿਆਂ ਨੂੰ, ਕਈ ਅਜਿਹੇ ਮੁੱਦੇ ਅਸੀਂ ਇਸ ਮੰਚ ਦੇ ਉੱਤੇ ਲੈ ਕੇ ਆਏ ਜਿਨ੍ਹਾਂ ਦੇ ਉੱਤੇ ਵਿਚਾਰ ਕਰਨਾ ਇਸ ਕਰਕੇ ਲਾਜ਼ਮੀ ਬਣ ਜਾਂਦਾ ਕਿ ਕਦੀ ਕਵਾਰ ਗਲਿਆਰੇ ਹੁੰਦੇ ਹਨ ਔਰ ਉਹਨਾਂ ਗਲਿਆਰਿਆਂ ਦੇ ਵਿੱਚ ਇੱਕ ਸਿਆਸੀ ਗਲਿਆਰਾ ਹੁੰਦਾ ਜਿੱਥੋਂ ਦੀ ਹਵਾ ਚੱਲਦੀ ਹੈ. ਉਹ ਸਿਆਸੀ ਹਵਾਵਾਂ ਜਦ ਚੱਲਦੀਆਂ ਹਨ ਤਾਂ ਉਹ ਸਿਰਫ ਭਾਰਤ ਦੇ ਵੱਲ ਹੀ ਨਹੀਂ ਰਹਿੰਦੀਆਂ, ਉਹ ਬਾਕਾਇਦਾ ਵੱਖ ਵੱਖ ਮੁਲਕਾਂ ਦੇ ਵਿੱਚ ਵੀ ਜਾਂਦੀਆਂ ਔਰ ਜਦ ਅਸੀਂ ਵੱਖ ਵੱਖ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਉਹ ਹਵਾਵਾਂ ਇੱਥੇ ਵੀ ਪਹੁੰਚਦੀਆਂ ਹਨ. ਭਾਵੇਂ ਉਹ ਉਹਨਾਂ ਹਵਾਵਾਂ ਦੇ ਵਿੱਚ ਸੇਕ ਹੁੰਦਾ, ਭਾਵੇਂ ਉਹਨਾਂ ਹਵਾਵਾਂ ਦੇ ਵਿੱਚ ਸਾਨੂੰ ਸਮਝਣ ਦੇ ਲਈ ਹੁੰਦਾ, ਲੇਕਿਨ ਜ਼ਿਕਰ ਯੋਗ ਹੈ ਜੋ ਵੀ ਹਵਾਵਾਂ ਚੱਲੀਆਂ ਅਸੀਂ ਉਹਨਾਂ ਹਵਾਵਾਂ ਦੇ ਉੱਤੇ ਵਿਚਾਰ ਕੀਤਾ. ਲੇਕਿਨ ਇੱਕ ਹਵਾ ਸਾਡੇ ਜ਼ਿਹਨ ਦੇ ਵਿੱਚ, ਸਾਡੇ ਮਨ ਮੰਦਰਾਂ ਦੇ ਵਿੱਚ ਅਜਿਹੀ ਜਗ੍ਹਾ ਬਣਾ ਗਈ ਹੈ ਕਿ ਅਸੀਂ ਸੋਚਣ ਦੇ ਲਈ ਮਜਬੂਰ ਹੋਏ ਕਿ ਕਿਵੇਂ ਹਾਲਾਤ ਬਦਲਣਗੇ ਭਾਰਤ ਦੇ, ਪੰਜਾਬ ਦੇ, ਔਰ ਕਿਵੇਂ ਉੱਥੇ ਇੱਕ ਚੇਂਜ ਆਏਗਾ ਦੇਸ਼ ਦੀ ਔਰ ਪੂਰੇ ਵਰਲਡ ਦੀ. ਇੰਨੀ ਵੱਡੀ ਡੈਮੋਕ੍ਰੇਸੀ, ਇੰਨਾ ਵੱਡਾ ਲੋਕਤੰਤਰ ਜਿੱਥੇ ਹਵਾਵਾਂ ਚੱਲੀਆਂ ਪਿਛਲੇ ਲੰਬੇ ਸਮੇਂ ਤੋਂ ਔਰ ਉਹਨਾਂ ਹਵਾਵਾਂ ਦੀ ਗੂੰਜ, ਉਹਨਾਂ ਹਵਾਵਾਂ ਦਾ ਸੇਕ ਸਾਡੇ ਕੋਲ ਵੀ ਇੱਥੇ ਪਹੁੰਚਿਆ. ਕਿਉਂਕਿ ਲਾਜ਼ਮੀ ਗੱਲ ਹੈ, ਭਾਵੇਂ ਅੱਜ ਅਸੀਂ ਫਿਜ਼ੀਕਲੀ ਇੱਥੇ ਹਾਂ ਲੇਕਿਨ ਮੈਂਟਲੀ ਅਸੀਂ ਉੱਥੇ ਵੀ ਹਾਂ. ਸਾਡੇ ਭਾਵੇਂ ਰਿਲੇਟਿਵ ਰਹਿੰਦੇ ਹੋਣ, ਸਾਡੇ ਫੈਮਿਲੀ ਫਰੈਂਡਸ ਰਹਿੰਦੇ ਹੋਣ, ਸਾਡੇ ਉੱਥੇ ਸਾਡੇ ਬਚਪਨ ਦੇ ਦੋਸਤ ਰਹਿੰਦੇ ਹੋਣ, ਤਾਂ ਸਾਡੇ ਅੱਜ ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਸਾਡੇ ਜਿਸਮ ਇੱਥੇ ਨੇ, ਅਸੀਂ ਫਿਜ਼ੀਕਲੀ ਇੱਥੇ ਕੰਮ ਕਰ ਰਹੇ ਹਾਂ. ਲੇਕਿਨ ਕਦੀ ਕਵਾਰ ਅਸੀਂ ਸੋਚਣ ਦੇ ਲਈ ਮਜਬੂਰ ਵੀ ਹੋ ਜਾਂਦੇ ਹਾਂ ਉੱਥੇ, ਯਾਰ ਕੀ ਬਣੇਗਾ ਉਸ ਮੁਲਕ ਦਾ, ਕੀ ਬਣੇਗਾ ਪੰਜਾਬ ਦਾ. ਮੈਨੂੰ ਯਾਦ ਹੈ 2014 ਜਦ ਬੀਜੇਪੀ ਦੀ ਸਰਕਾਰ ਬਣੀ ਔਰ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਆਪਣੀ ਸਰਕਾਰ ਬਣਾ ਕੇ ਆਈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ. UPA ਦੀ, ਕਾਂਗਰਸ ਦੀ 82 ਤੋਂ ਬਾਅਦ ਸਭ ਤੋਂ ਵੱਡੀ ਹਾਰ 2014 ਦੇ ਵਿੱਚ ਹੋਈ ਔਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਵੱਖ ਵੱਖ ਸਟੇਟਾਂ ਦੇ ਵਿੱਚ ਪਾਰਲੀਮੈਂਟਰੀ ਸੀਟਸ ਦੇ ਉੱਤੇ ਕਬਜ਼ਾ ਕੀਤਾ ਔਰ ਹੋਂਦ ਦੇ ਵਿੱਚ ਆਏ. ਲੇਕਿਨ ਟੀਚਾ ਕੀ ਸੀਗਾ BJP ਦਾ? ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਬੜੇ ਸਾਰੇ ਜਿਹੜੀ ਸ਼ਰਤਾਂ ਔਰ ਬੜੇ ਸਾਰੇ ਜਿਹੜੇ ਅਸੀਂ ਕਹਿੰਦੇ ਹਾਂ ਵਾਅਦੇ ਰੱਖੇ ਸੀਗੇ ਔਰ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਵਾਅਦਾ ਸੀਗਾ ਕਿਸਾਨਾਂ ਦਾ. ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬਈ ਅਸੀਂ ਸਵਾਮੀਨਾਥਨ ਰਿਪੋਰਟ ਨੂੰ ਜ਼ਰੂਰ ਜਾਰੀ ਕਰਾਂਗੇ ਔਰ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਾਂਗੇ. ਲੇਕਿਨ ਕਈ ਵੱਖ ਵੱਖ ਚੈਨਲਾਂ ਦੇ ਉੱਤੇ, ਕਈ ਵੱਖ ਵੱਖ ਅਦਾਰਿਆਂ ਦੇ ਉੱਤੇ, ਕਈ ਵੱਖ ਵੱਖ ਮੀਡੀਆ ਹਾਊਸਿਸ ਦੇ ਵਿੱਚ ਸਾਨੂੰ ਇੱਕ ਡਿਬੇਟ ਹੀ ਸੁਣਨ ਨੂੰ ਮਿਲੀ. ਉਹ ਸੀਗੀ ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ. ਇਹ ਡਿਬੇਟਾਂ ਵੀ ਸਾਨੂੰ ਸੁਣਨ ਨੂੰ ਮਿਲੀ ਕਿ ਜਿਹੜਾ ਹੁਣ 2014 ਤੋਂ ਬਾਅਦ ਭਾਰਤ ਹੈ ਉਹ ਹਿੰਦੂ ਰਾਸ਼ਟਰ ਦੇ ਵੱਲ ਵੱਧਦਾ ਜਾ ਰਿਹਾ. ਔਰ ਜਦ ਅਸੀਂ ਗੱਲ ਕਰ ਲੈਂਦੇ ਹਾਂ ਆਪਣੀ ਕਮਿਊਨਿਟੀ ਦੀ, ਜਦ ਅਸੀਂ ਗੱਲ ਕਰ ਲੈਂਦੇ ਹਾਂ ਘੱਟ ਗਿਣਤੀਆਂ ਦੀ, ਤਾਂ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਹੋਇਆ ਔਰ ਕਿਵੇਂ ਘਾਣ ਹੋ ਰਿਹਾ, ਇੱਕ ਇਹ ਵੱਡਾ ਸਵਾਲ ਬਣਿਆ ਹੋਇਆ ਸੀਗਾ. ਲੇਕਿਨ ਖੈਰ 2019 ਹੁਣ ਪਹੁੰਚ ਚੁੱਕਿਆ, 5 ਸਾਲ ਪੂਰੇ ਹੋ ਚੁੱਕੇ ਹਨ. ਇਹਨਾਂ 5 ਸਾਲਾਂ ਦੇ ਵਿੱਚ ਮੈਨੋਰਿਟੀਜ਼ ਕਿੱਥੇ ਸਟੈਂਡ ਕਰਦੀਆਂ ਹਨ, ਇੱਕ ਵੱਡਾ ਸਵਾਲ ਸਾਡੇ ਮਨ ਮੰਦਰਾਂ ਦੇ ਵਿੱਚ ਬਣਿਆ ਹੋਇਆ ਔਰ ਖਾਸ ਤੌਰ 'ਤੇ ਸਿੱਖ ਕੌਮ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਿੱਥੇ ਸਟੈਂਡ ਕਰਦੀ ਹੈ, ਇੱਕ ਇਹ ਵੀ ਵੱਡਾ ਸਵਾਲ ਬਣਿਆ ਹੋਇਆ. ਅਸੀਂ ਤੁਹਾਡੀ ਖਿਦਮਤ ਦੇ ਵਿੱਚ ਮਸਲਾ ਲੈ ਕੇ ਆਏ ਕਿ RSS ਕਿਉਂ ਦਖਲ ਅੰਦਾਜ਼ੀ ਕਰਦੀ ਹੈ, Article 25B ਦੇ ਉੱਤੇ ਹਜੇ ਤੱਕ ਕਿਉਂ ਨਹੀਂ ਸੰਸ਼ੋਧਨ ਕੀਤਾ ਜਾ ਰਿਹਾ. ਤੁਸੀਂ ਵਾਕਈ ਹੀ ਅਗਰ ਵਚਨਬੰਦ ਹੋ ਸਿੱਖਾਂ ਦੇ ਲਈ, ਤੁਸੀਂ ਵਾਕਈ ਹੀ ਫਿਕਰਮੰਦ ਹੋ ਸਿੱਖਾਂ ਦੇ ਲਈ, ਤਾਂ ਤੁਸੀਂ ਐਮੈਂਡਮੈਂਟ ਕਿਉਂ ਨਹੀਂ ਕੀਤੀ Article 25B ਦੇ ਵਿੱਚ? ਕਿਉਂ ਅੱਜ ਵੀ RSS ਦਖਲ ਅੰਦਾਜ਼ੀ ਕਰਦੀ ਹੈ ਔਰ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਹੁੰਦੀ ਜਾ ਰਹੀ ਹੈ?
एक अज मैं मसला तुहाडे सामने लैके आया, एक मुद्दा तुहाडे सामने लैके आया जो कि तुहाडी वाकई ही अखां खोलेगी। अखां इस करके खुलणगियां अज क्योंकि यह जमीनी पद्धर के उत्ते होया, कई अदारियां दे उत्ते, कई मीडिया हाउसिस दे उत्ते, कई प्रिंट मीडिया दे उत्ते बकायदा तौर दे उत्ते खबर भी छपी है। जम्मू कश्मीर दे लागे लगते लेह दे कोल गुरद्वारा साहिब हैगा पत्थर साहिब, जिथे बकायदा तौर दे उत्ते गुरु नानक देव जी ने अपने उदासियां दे दौरान उत्ते शिरकत उत्ते पहुँचे सीगे, उत्ते उन्होंने आराम किया। और वो लंबे समय तो इतिहास साड़ी विरासत दे विच दर्ज है, लेकिन हाल फिलहाल दे विच उन्हां सियासी हवावां तो उन्हां गलियारियां तो एक खबर पहुंची है साढ़े कोल कि इस गुरद्वारा साहिब दे विच निशान साहिब दी जगह निशान साहिब नूं बकायदा तौर दे उत्ते हटाया गया और जिहड़ा भगवा रंग झंडा हैगा वह उत्थे लाया गया और बुद्धियां दा जिहड़ा झंडा हैगा वह उत्थे लाया गया। और यह भी खबर सामने आई कि इत्थे जिहड़े केयरटेकर सीगे इस गुरद्वारा साहिब दे विच उन्हां नूं भजा भी दिता गया। एक तुहानूं खबर याद होएगी कि सिक्किम दे विच डांगमार साहिब दे विच भी एवें होया। और जब असीं गल मिनोरिटीज़ की करते हैं तो सिक्किम दे विच साडे सिख भरावां दे नाल किवें तशद्दुदां होईआं वह भी खबर सामने आई। आ एक कुल मिला के असी एक कोई पैनिक सिचुएशन नहीं क्रिएट करना चाहते इस मंच के उत्ते कि भाई सिखां दे उत्ते कान हो रहा, सिख उत्थे उस हवा दे विच रह नहीं पा रहे। इस खबर के उत्ते भी असी ऑथेंटिकेट करांगे कि वाकई यह होया, क्योंकि जो सोशल मीडिया के उत्ते अफवाहों का बाजार गर्म होया उस अफवाहों के बाजार के कितनी सच्चाई है वह भी अज असी इस मंच के उत्ते जरूर तुहाडे सामने लैके आवांगे, क्योंकि यह जिहड़ा मंच हैगा इस करके ही बनया जिथे ऑथेंटिसिटी हो सके। उन्हां बीजेपी के सीनियर लीडर्स नूं असीं इस मंच के उत्ते लैके आवांगे, पुछांगे उन्हां नूं सवाल हाँ क्यों हो रहा है, सिख डायसपोरा तुहाडे तों जानना चाहुंदा है, दे वॉन्ट टू नो कि तुसीं सिखां दे मसलियां नूं लैके की कर रहे हो, तुहानूं क्यों सपोर्ट करिए, मोदी गवर्नमेंट नूं क्यों असीं सपोर्ट करिए, और मुड़ तों भारत दा प्रधानमंत्री असीं नरेंद्र मोदी क्यों बनाईए, की करोगे तुसीं साडे मसले हल, कि करोगे तुसी साडे मसलियां दा निपटारा। यही है अज दा मुद्दा, करांगे विचार वटांदरा ब्रेक तो बाद। तो दोस्तों ब्रेक तो बाद साडे सारे दर्शकों का स्वागत है। अज इस मंच के उत्ते जो मसला सी रखिया, एक तो असी जरूर उस गुरद्वारा साहिब की गल करना चाहते हाँ जो कि लेह दे विच मौजूद हैगा जम्मू कश्मीर के लागे, उत्थे पत्थर साहिब गुरद्वारा जिथे उसकी डिफेसमेंट की गई है गुरद्वारा साहिब की, उत्थे बकायदा तौर उत्ते हिंदू संगठनों वालों झंडे लाए गए हैं और बुद्धिज़म वालों झंडे लाए गए हैं और जिहड़े केयरटेकर उत्थे रहिंदे सीगे उन्हां नूं उत्थों दी हटाया गया। तो यह खबर जिहड़ी है सोशल मीडिया के उत्ते वायरल हो रही है कि बीजेपी नूं पता है कि केंद्र सरकार नूं इस गल दे बारे पता है जी, जो कि ऑल इंडिया सिख कोआर्डीनेशन कमेटी हैगी है वख वख पार्टियां दी, उन्हां दे हिमायती जिहड़े ने उन्हां ने बकायदा तौर दे उत्ते मीटिंग कीती सीगी। जगमोहन सिंह रैना APCC दे चेयरमैन हन, उन्होंने गवर्नर सत्यापाल मलिक दे नाल मीटिंग की है इस मुतलक कि इस दे उत्ते जरूर ध्यान दिता जाए, लेकिन केंद्र सरकार किते सीगे। और जेकर केंद्र सरकार दी असीं गल करदे आ तां बीजेपी ओवरसीज जो कि हिमायत करती हुई नज़र आउंदी है भारत दे विच, उन्हां दे जिहड़े कोआर्डीनेटर हन और खास तौर पर सिख मुद्दियां दे जिहड़े कोआर्डीनेटर हन वो उस टाइम कितने सीगे और कि उन्होंने इस खबर के बारे पता नहीं चलिया, जेकर पता चलिया तो फिर उन्होंने की एक्शन लिता, एक वड्डा सवाल जिहड़ा इस टाइम बनिया होया। मेरे नाल इस टाइम फोन लाइन पर मौजूद हैं बलजिंदर सिंह शम्मी जो कि बीजेपी के कोआर्डीनेटर हैं मैरीलैंड तो, उन्हों का असं स्वागत करते हैं इस मंच के उत्ते। शम्मी जी तुहाडा स्वागत है साडे प्रोग्राम अज के मुद्दे दे विच। पहला तो सानू एक इस सवाल का जरूर जवाब दे दिओ कि पत्थर साहिब नूं लैके तुहाडे कोल की इनफॉर्मेशन है। देखो जी वाहेगुरु जी का खालसा वाहेगुरु जी की फतेह, सानू उस खबर बारे पता लग्या सी ते बड़ी मंदभागी गल होई है पर सानू अजे डिटेल दे विच पता नहीं लग्या भी एग्जैक्टली की होया उत्थे। असीं अपने जो मैंबर है उत्थों दे बीजेपी दी कोई टीम साडी टीम हैगी उत्थे इंडिया दे विच उन्हां नाल कॉन्टैक्ट किया गया ते उन्हां नूं असीं इह दस्सिया भी तुसीं इनवैसटीगेट करो एग्जैक्टली की होया ते सानू दसो ताकि असीं उस तों अगे
ਇਸ ਦਾ ਜੋ ਵੀ ਅਸੀਂ ਕਰਨਾ ਹੈਗਾ ਤੇ ਆਪਣੇ ਮੈਂਬਰਸ ਦੇ ਨਾਲ ਬੀਜੇਪੀ ਦੇ ਮੈਂਬਰਸ ਨਾਲ ਕੋਆਰਡੀਨੇਟ ਕਰਕੇ ਉਹਦਾ ਕਰਾਂਗੇ। ਚਲੋ ਠੀਕ ਹੈ ਬਲਜਿੰਦਰ ਜੀ, ਸਾਨੂੰ ਵੀ ਅਪਡੇਟ ਜ਼ਰੂਰ ਦਿਓ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਜੋ ਹਾਲਾਤ ਔਰ ਜੋ ਖਬਰ ਹੈ ਉਹ ਸਾਡੇ ਦਰਸ਼ਕਾਂ ਦੇ ਕੋਲ ਜ਼ਰੂਰ ਪਹੁੰਚੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਅਫਵਾਹ ਜੀ ਗਰਮ ਹੋਏ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਹੈ, ਅਤੇ ਜ਼ਿੰਮੇਦਾਰ ਚੈਨਲ ਦੀ ਅਸੀਂ ਡਿਊਟੀ ਨਿਭਾਉਂਦੇ ਹੋਏ ਉਹ ਖਬਰ ਅਸੀਂ ਦਿਖਾਉਣਾ ਚਾਹੁੰਦੇ ਆਪਣੇ ਦਰਸ਼ਕਾਂ ਨੂੰ ਜੋ ਕਿ ਵਾਕਈ ਉੱਤੇ ਹੋ ਰਿਹਾ, ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉਹ ਦਰਸ਼ਕਾਂ ਤੱਕ ਪਹੁੰਚੇ, ਲੇਕਿਨ ਜੋ ਖਬਰ ਸਾਡੇ ਸਾਹਮਣੇ ਆਈ ਅਸੀਂ ਉਹਦਾ ਸਵਾਲ ਤੁਹਾਡੇ ਤੋਂ ਜ਼ਰੂਰ ਲਿਆ। ਤੁਸੀਂ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਸੀਂ ਜ਼ਰੂਰ ਇਸ ਦੇ ਉੱਤੇ ਸਾਨੂੰ ਅਪਡੇਟ ਦਿਓਗੇ, ਜੋ ਵੀ ਰਿਪੋਰਟ ਆਈ ਫਾਈਨਲ ਸਾਡੇ ਕੋਲ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਉਸ ਬਾਰੇ। ਠੀਕ ਹੈ, ਹੁਣ ਮੈਨੂੰ ਸ਼ਮੀ ਜੀ ਇਹ ਦੱਸੋ, 2019 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਔਰ ਤੁਸੀਂ ਬਕਾਇਦਾ ਤੌਰ ਦੇ ਉੱਤੇ ਪਿਛਲੇ ਵੀਕ ਮੈਂ ਵੇਖਿਆ ਕਿ ਤੁਸੀਂ ਰੈਲੀ ਵੀ ਕੱਢੀ, ਕਾਰ ਰੈਲੀ ਜਿੱਥੇ ਨਮੋ ਲਿਖਿਆ ਹੋਇਆ ਸੀਗਾ ਔਰ ਪ੍ਰਧਾਨ ਮੰਤਰੀ ਮੋਦੀ ਦੀ ਤੁਸੀਂ ਹਿਮਾਇਤ ਕਰਦੇ ਹੋਏ ਬਕਾਇਦਾ ਤੌਰ ਦੇ ਉੱਤੇ ਨਜ਼ਰ ਵੀ ਆਏ ਔਰ ਤੁਸੀਂ ਚਾਹੁੰਦੇ ਹੋ ਕਿ ਮੁੜ ਤੋਂ ਪ੍ਰਧਾਨ ਮੰਤਰੀ ਬਣਨ ਨਰਿੰਦਰ ਮੋਦੀ, ਕਿਉਂ ਬਣਾਇਆ ਜਾਵੇ ਉਹਨਾਂ ਨੂੰ ਪ੍ਰਧਾਨ ਮੰਤਰੀ, ਕਿਹੜੇ ਕਿਹੜੇ ਮਸਲੇ ਉਹ ਸਿੱਖਾਂ ਦੇ ਹੱਲ ਕਰਨਗੇ ਜੇਕਰ ਉਹ ਹੋਣ ਦੇ ਵਿੱਚ ਆਉਂਦੇ ਹਨ? ਤੇ ਦੇਖੋ ਇਹ ਰੀਜ਼ਨ ਹੈ ਅਸੀਂ ਕਿਉਂ ਮੋਦੀ ਜੀ ਨੂੰ ਸਪੋਰਟ ਕਰ ਰਹੇ ਹਾਂ। 2014 ਦੇ ਵਿੱਚ ਓਐਫ ਬੀਜੇਪੀ ਓਵਰਸੀਜ਼ ਫਰੈਂਡਸ ਆਫ ਬੀਜੇਪੀ ਸਿੱਖ ਅਫੇਅਰ ਦਾ ਇੱਕ ਗਠਨ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਮੈਂ ਵੀ ਮੈਰੀਲੈਂਡ ਸਟੇਟ ਦਾ ਕੋਆਰਡੀਨੇਟਰ ਬਣਾਇਆ ਗਿਆ ਸੀਗਾ। ਠੀਕ ਹੈ ਜੀ। ਤੇ ਜਦੋਂ ਮੋਦੀ ਜੀ ਪਹਿਲੀ ਵਾਰੀ 2014 ਦੇ ਵਿੱਚ USA ਦੇ ਵਿੱਚ ਆਏ ਸੀ ਨਿਊਯਾਰਕ ਦੇ ਵਿੱਚ ਤੇ ਓਐਫ ਬੀਜੇਪੀ ਦੀ ਅਗਵਾਈ ਦੇ ਅੰਡਰ ਸਿੱਖ ਕਮਿਊਨਿਟੀ ਉਹਨਾਂ ਨੇ ਮਿਲੀ ਹੈ ਤੇ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ। ਸਾਨੂੰ ਉਹਨਾਂ ਨੇ 15 ਮਿੰਟ ਦਾ ਟਾਈਮ ਦਿੱਤਾ ਸੀ ਪਰ 15 ਮਿੰਟ ਦੀ ਬਜਾਏ 50 ਮਿੰਟ ਦੀ ਮੀਟਿੰਗ ਚੱਲੀ। ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਸੀ ਸਿੱਖ ਕਮਿਊਨਿਟੀ ਵੱਲੋਂ ਜਿਸ ਵਿੱਚ ਅਸੀਂ 5 ਮੰਗਾਂ ਰੱਖੀਆਂ ਸੀ ਉਹਨਾਂ ਕੋਲੇ। ਠੀਕ ਹੈ ਜੀ, ਕਿਹੜੀ ਕਿਹੜੀ? ਉਹਦੇ ਵਿੱਚ ਤੁਸੀਂ ਉਹਦੇ ਵਿੱਚ ਪਹਿਲੀ ਮੰਗ ਤਾਂ ਅਸੀਂ ਰੱਖੀ ਸੀ ਜਿਹੜੇ 1984 ਦੇ ਜੋ ਸਿੱਖ ਜੈਨੋਸਾਈਡ ਹੋਇਆ ਸੀਗਾ ਇੰਡੀਆ ਦੇ ਵਿੱਚ ਉਹ ਨਾ ਤੇ ਸਾਨੂੰ ਅਜੇ ਤੱਕ ਜਸਟਿਸ ਨਹੀਂ ਮਿਲਿਆ ਤੇ ਸਾਨੂੰ ਜਸਟਿਸ ਦਿਵਾਇਆ ਜਾਵੇ। ਸ਼ਮੀ ਜੀ ਮੈਂ ਇੱਕ ਵਾਰੀ ਮਾਫੀ ਚਾਹਾਂਗਾ, ਕਦ ਤੁਸੀਂ ਇਹ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਸੀ, ਕਿਹੜੀ ਡੇਟ ਨੂੰ, ਕਿਹੜੇ ਈਅਰ ਦੇ ਵਿੱਚ? ਮੇਰਾ ਖਿਆਲ ਉਹ ਇਧਰ ਅਕਤੂਬਰ ਜਾਂ ਨਵੰਬਰ ਚ ਪਹਿਲੇ ਵਾਰੀ ਆਏ ਸੀ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਬਣੇ ਸੀ ਇੰਡੀਆ ਦੇ ਫਸਟ ਟਾਈਮ ਤੇ USA ਜਦੋਂ ਆਏ ਸੀ। 2014 ਦੀ ਗੱਲ ਹੈ, 2014 ਦੇ ਵਿੱਚ ਆਏ ਸੀ ਪਹਿਲੀ ਵਾਰੀ ਉਹ। ਠੀਕ ਹੈ, ਤੁਸੀਂ 5 ਮੰਗ ਚ ਇਹ ਪਹਿਲੀ ਮੰਗ ਸੀ ਜੈਨੋਸਾਈਡ ਦੀ, ਦੂਜੀ ਮੰਗ ਕੀ ਸੀ? ਦੂਸਰੀ ਮੰਗ ਅਸੀਂ ਕਿਹਾ ਸੀ ਜਿਹੜੀ 1984 ਦੇ ਜੋ ਵਿਕਟਿਮਸ ਦੀ ਫੈਮਲੀਆਂ ਸੀ ਉਹਨਾਂ ਨੂੰ ਤੁਸੀਂ ਫਾਈਨੈਂਸ਼ੀਅਲੀ ਹੈਲਪ ਕਰੋ, ਉਹਨਾਂ ਨੂੰ ਕੋਈ ਗ੍ਰਾਂਟਸ ਦਿਓ। ਤੀਸਰੀ ਅਸਾਦ ਦੀ ਮੰਗ ਸੀ ਵੀ ਜਿਹੜੀ ਕਾਲੀ ਸੂਚੀ ਸੀ ਬਣਾਈ ਹੋਈ ਉਹਨਾਂ ਨੇ, ਜਦੋਂ ਅਸੀਂ ਇੰਡੀਆ ਦੇ ਵਿੱਚ ਜਾਂਦੇ ਸੀ ਸਿੱਖ ਕਈਆਂ ਨੂੰ ਉੱਥੇ ਜਾ ਕੇ ਇਨਵੈਸਟੀਗੇਟ ਕਰਦੇ ਸੀ, ਇਹਨਾਂ ਦਾ ਨਾਂ ਸੂਚੀ ਦੇ ਵਿੱਚ ਸੀ, ਕਾਫੀ ਪ੍ਰੋਬਲਮ ਆਉਂਦੀਆਂ ਸੀ, ਉਹਨੂੰ ਖਤਮ ਕੀਤਾ ਜਾਵੇ। ਚੌਥੀ ਮੰਗ ਸੀ ਵੀ ਜਿਹੜੇ ਸਾਡੇ ਕਈ ਸਿੱਖ ਭਰਾ ਨੇ ਇੱਥੇ ਅਸਾਈਲਮ ਲੈ ਕੇ ਇੱਥੇ ਪਰਮਾਨੈਂਟ ਰਹਿ ਰਹੇ ਸੀ ਤੇ ਭਾਵੇਂ ਕਿ ਉਹ ਇੰਡੀਆ ਦੇ ਖਿਲਾਫ ਨਹੀਂ ਸੀ ਪਰ ਉਹਨਾਂ ਨੇ ਅਸਾਈਲਮ ਵੀਜ਼ਾ ਲਿਆ ਆਇਆ ਸੀ ਕਿਉਂਕਿ ਈਜ਼ਲੀ ਮਿਲ ਜਾਂਦਾ ਸੀ ਤੇ ਉਹਨਾਂ ਨੂੰ ਜਦੋਂ ਇੰਡੀਆ ਜਾਣ ਵੇਲੇ ਉਹ ਬੜੀ ਵੀਜ਼ਾ ਨਹੀਂ ਸੀ ਦਿੱਤਾ ਜਾਂਦਾ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੀਆਂ ਫੈਮਿਲੀ ਨੂੰ ਮਿਲ ਸਕਣ। ਪੰਜਵੀਂ ਮੰਗ ਸਾਡੀ ਸੀ ਵੀ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਉਹ ਤੁਸੀਂ ਜ਼ਰੂਰ ਓਪਨ ਕਰੋ, ਇਹ ਉਦੋਂ ਵੀ ਅਸੀਂ ਮੰਗ ਰੱਖੀ ਸੀ 14 ਦੇ ਵਿੱਚ ਤੇ ਹੁਣ ਤੇ ਜੇ ਹੁਣ ਤੁਸੀਂ ਦੇਖੋ ਤੇ ਉਹਨਾਂ ਨੇ ਸਾਡੀਆਂ ਤੁਸੀਂ ਆਪ ਹੀ ਦੇਖੋ ਉਹਨਾਂ ਨੇ ਕਿੰਨੀਆਂ ਮੰਗਾਂ ਮੰਨੀਆਂ। ਪਹਿਲੀ ਕਿਹੜੇ ਕਿਹੜੇ ਦੇਖੋ ਜੀ ਉੱਤੇ ਮੰਗਾਂ ਤੁਹਾਡੀ ਮੰਨੀਆਂ ਗਈਆਂ? ਦੇਖੋ ਜੀ, ਕਾਂਗਰਸ ਪਾਰਟੀ ਨੇ ਆਪਣੇ ਸਾਰੇ ਸੰਜੀਵ ਕੁਮਾਰ, ਜਗਦੀਸ਼ ਟਾਈਟਲਰ ਤੇ ਹੋਰ ਕਈਆਂ ਦੇ ਸਾਰੇ ਕੇਸ ਉਹਨਾਂ ਨੇ ਬੰਦ ਕਰਤੇ ਸੀ। ਮੋਦੀ ਜੀ ਨੇ ਸਾਨੂੰ ਆਸ਼ਵਾਸਨ ਦਿਵਾਇਆ ਸੀ ਜਦੋਂ ਮੀਟਿੰਗ ਦੇ ਵਿੱਚ ਵੀ ਮੈਂ ਡੈਫੀਨੇਟਲੀ ਇਹ ਸੀਰੀਅਸ ਲਵਾਂਗਾ ਤੁਹਾਡੀ ਗੱਲ, ਡੈਫੀਨੇਟਲੀ ਅਸੀਂ ਸਿੱਟ ਓਪਨ ਕਰਾਂਗੇ, ਇਨਵੈਸਟੀਗੇਟ ਕਰਾਂਗੇ ਸਾਰੇ ਕੇਸ। ਉਹਨਾਂ ਨੇ ਜਾਣ ਸਾਰ ਸਿੱਟ ਨਵੀਂ ਬਣਵਾਈ, ਸਿੱਟ ਨੇ ਸਾਰੇ ਪੁਰਾਣੇ ਕੇਸਿਸ ਓਪਨ ਕੀਤੇ ਜਿਹੜੇ ਕਿ ਕਾਂਗਰਸ ਪਾਰਟੀ ਨੇ ਬੰਦ ਕਰਤੇ ਸੀਗੇ। ਉਹਦੇ ਵਿੱਚ ਹੁਣ ਤੁਸੀਂ ਜੇ ਦੇਖੋ ਰੀਸੈਂਟਲੀ ਸਿੱਟ ਨੇ ਇਨਵੈਸਟੀਗੇਟ ਕੀਤੀ ਤੇ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਤੇ ਉਹਨਾਂ ਦੇ 5 ਸਾਥੀਆਂ ਨੂੰ ਵੀ ਉਮਰ ਕੈਦ ਹੋਈ ਹੈ। ਠੀਕ ਹੈ, ਇਸ ਦੈਟ ਇਜ਼ ਅ ਵਨ ਆਫ ਦਾ ਜਿਹੜੀ ਡਿਮਾਂਡ ਉਹਨਾਂ ਨੇ ਸਾਡੀ ਪੂਰੀ ਕੀਤੀ। ਦੂਸਰੀ ਸੀ ਜਿਹੜਾ ਜਗਦੀਸ਼ ਟਾਈਟਲਰ ਦਾ ਵੀ ਦੁਬਾਰਾ ਕੇਸ ਹੁਣ ਖੁੱਲਿਆ ਹੋਇਆ, ਸਾਨੂੰ ਪੂਰੀ ਉਮੀਦ ਹੈ ਵੀ ਉਹਨੂੰ ਵੀ ਸਜ਼ਾ ਜ਼ਰੂਰ ਮਿਲੇਗੀ। ਤੇ ਬਾਕੀ ਜਿਹੜੀ ਕਾਲੀ ਸੂਚੀ ਦਾ ਸੀ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ, ਮੰਗ ਕੀਤੀ ਸੀ, ਇਹ ਤੇ ਬਜਿੰਦਰ ਸਿੰਘ ਸ਼ਮੀ ਜੀ ਇਹ ਤੇ ਕੋਰਟ ਡਿਸਾਈਡ ਕਰੇਗਾ। ਚਲੋ ਇਹ ਕੋਰਟ ਡਿਸਾਈਡ, ਪਰ ਕੇਂਦਰ ਦਾ ਪ੍ਰੈਸ਼ਰ ਹੁੰਦਾ, ਲੇਕਿਨ ਇਹ ਤੇ ਕੋਰਟ ਡਿਸਾਈਡ ਕਰੇਗਾ ਔਰ ਮਾਨਯੋਗ ਅਦਾਲਤ ਕਰੇਗੀ ਔਰ ਜਿਹੜੇ ਜੱਜ ਨੇ ਉਹ ਕਰਨਗੇ ਫੈਸਲਾ, ਉਹਦੇ ਚ ਬੀਜੇਪੀ ਕੀ ਕਰੇਗੀ ਉਹ ਚਲੋ ਖੈਰ ਆਪਾਂ ਵੇਖਾਂਗੇ। ਤੁਸੀਂ ਦੂਜੀ ਗੱਲ ਕਾਲੀ ਸੂਚੀ ਦੀ ਕਹੀ ਜੀ, ਕਾਲੀ ਸੂਚੀ ਉਹਨਾਂ ਨੇ ਖਤਮ ਕੀਤੀ ਹੈਗੀ, ਜਿਹੜੀ
ਕੇਸ ਬਾਈ ਕੇਸ ਜਿਹੜਾ ਅਸਾਈਲਮ ਦੇ ਜਿਹੜੇ ਵੀਜ਼ੇ ਹੈ ਉਹ ਵੀ ਉਹਨਾਂ ਨੇ ਦੇਣੇ ਸ਼ੁਰੂ ਕਰ ਦਿੱਤੇ ਹੈਗੇ। ਕਿਹਨੂੰ ਦੇ ਨੂੰ ਦਿੱਤੇ? ਦੇਖੋ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿਨ੍ਹਾਂ ਨੂੰ ਵੀ ਅਸਾਈਲਮ ਤੇ ਵੀਜ਼ਾ ਲਿਆ ਹੋਇਆ ਨਾ, ਤੁਹਾਡੇ ਕੋਲ ਕੋਈ ਕੇਸ ਸਟੱਡੀ ਹੈ ਜਿਹਨੂੰ ਮਿਲਿਆ ਬਕਾਇਦਾ ਤੌਰ ਦੇ ਉੱਤੇ? ਦੇਖੋ ਜੇ ਕਹੋ ਤੇ ਮੈਂ ਤੁਹਾਨੂੰ ਅਜੇ ਨਹੀਂ ਪ੍ਰੋਵਾਈਡ ਕਰ ਸਕਦਾ, ਪਰ ਆਈ ਕੈਨ ਗਿਵ ਯੂ। ਉਹਨਾਂ ਨੇ ਸਾਨੂੰ ਅੰਬੈਸੀ ਵਾਲਿਆਂ ਨੂੰ ਖੁਦ ਕਿਹਾ ਹੈਗਾ ਵੀ ਸਾਡੇ ਕੋਲ ਕੇਸ ਬਾਈ ਕੇਸ ਅਸੀਂ ਇਨਵੈਸਟੀਗੇਟ ਕਰਾਂਗੇ, ਤੁਸੀਂ ਨਾਂ ਦਿਓ ਜਿਨ੍ਹਾਂ ਨੇ ਵੀਜ਼ਾ ਲੈਣਾ। ਸਾਡੇ ਕਈਆਂ ਨੂੰ ਵੀਜ਼ੇ ਮਿਲੇ ਵੀ ਹੈ। ਸਾਡੇ ਦਰਸ਼ਕ ਸੁਣ ਰਹੇ ਹਨ, ਉਹ ਜ਼ਰੂਰ ਅਪਲਾਈ ਕਰਨਾ ਚਾਹੁੰਦੇ ਹਨ, ਤੇ ਉਹ ਕਿਵੇਂ ਅਪਲਾਈ ਕਰਨ ਇੱਕ ਵਾਰੀ ਜ਼ਰੂਰ ਦੱਸੋ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਜਿਹੜੇ ਅਸਾਈਲਮ ਵਾਲਿਆਂ ਨੂੰ ਵੀਜ਼ਾ ਇਸ਼ੂ ਕਰ ਰਹੀ ਹੈ, ਪਰਮਾਨੈਂਟ ਅਜੇ ਲਾਅ ਨਹੀਂ ਪਾਸ ਹੋਇਆ, ਪਰ ਉਹ ਕੇਸ ਬਾਈ ਕੇਸ ਅਜੇ ਕਹਿ ਰਹੇ ਅਸੀਂ ਕਰਾਂਗੇ। ਮੋਦੀ ਜੀ ਨਾਲ ਇਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮੋਦੀ ਜੀ ਦੁਬਾਰਾ ਆਉਣ ਤਾਂ ਕਿ ਅਸੀਂ ਉਹਨਾਂ ਨੂੰ ਇਸ ਬਾਰੇ ਪੁਸ਼ ਕੀਤਾ ਜਾਵੇ ਕਿ ਪਰਮਾਨੈਂਟਲੀ ਇਹ ਲਾਅ ਪਾਸ ਹੋਵੇ ਕਿ ਅਸਾਈਲਮ ਵਾਲਿਆਂ ਨੂੰ ਵੀਜ਼ਾ ਦਿੱਤਾ ਜਾਵੇ। ਹੁਣ ਕੇਸ ਬਾਈ ਕੇਸ ਦਿੰਦੇ ਹੈਗੇ ਆਰਟੀਕਲ 25B ਦੇ ਵਿੱਚ ਸੰਸ਼ੋਧਨ ਕਰਾਓ, ਅਮੈਂਡਮੈਂਟ ਕਰਾਓ। ਉਹ ਇੰਨੀ ਵੱਡੀ ਮੰਗ ਹੈਗੀ ਹੈ, ਉਹਦੇ ਉੱਤੇ ਵੀ ਮੈਨੂੰ ਲੱਗਦਾ ਕਿ ਤੁਹਾਡੀ ਕੋਆਰਡੀਨੇਸ਼ਨ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ। ਵਾਕਈ ਅਸੀਂ ਉਹ ਵਚਨਬੰਦ ਹਨ ਬੀਜੇਪੀ ਗਵਰਨਮੈਂਟ, ਅਗਰ ਤੁਸੀਂ ਚਾਹੁੰਦੇ ਹੋ ਕਿ ਮੁੜ ਤੋਂ ਪ੍ਰਧਾਨ ਮੰਤਰੀ ਬਣਨ ਤਾਂ ਸਾਡੇ ਭਰਾ ਚਾਹੁੰਦੇ ਹਨ ਕਿ ਉੱਥੇ ਤੁਸੀਂ ਆਰਟੀਕਲ 25B ਦੇ ਵਿੱਚ ਸੰਸ਼ੋਧਨ ਕਰਾਓ ਔਰ ਸਿੱਖਇਜ਼ਮ ਨੂੰ ਡਿਫਰੈਂਟ ਰਿਲੀਜਨ ਐਲਾਨ ਕਰਾਓ, ਤਾਂ ਗੱਲ ਬਣਦੀ ਹੈ। ਚਲੋ ਇਹ ਵੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ 25B ਵਾਲਾ ਵੀ, ਤੇ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਆਉਣ ਤਾਂ ਕਿ ਉਹਨਾਂ ਨੂੰ ਦੁਬਾਰਾ ਅਸੀਂ ਫਿਰ ਇਹ ਜਿਹੜੀਆਂ ਹੋਰ ਮੰਗਾਂ ਰਹਿ ਗਈਆਂ ਉਹ ਪੂਰੀਆਂ ਕਰਵਾਈਆਂ ਜਾਣ। ਠੀਕ ਹੈ, ਤੇ ਤੁਸੀਂ ਇੱਕ ਵੱਡੀ ਗੱਲ ਤੁਸੀਂ ਇੱਥੇ ਕਹਿ ਰਹੇ ਸੀਗੇ ਕਿ ਕਾਲੀ ਸੂਚੀ ਜਿਹੜੀ ਹੈ ਉਹਨੂੰ ਵੀ ਖਤਮ ਕੀਤਾ ਗਿਆ। ਹਾਂਜੀ ਹਾਂ, ਉਹਦੇ ਉਹ ਕਾਲੀ ਸੂਚੀ ਉਹਨਾਂ ਨੇ ਉਹ 250 ਬੰਦਾ ਸੀਗਾ, ਉਹ 250 ਬੰਦਾ ਉਹਨਾਂ ਨੇ ਰਿਮੂਵ ਕੀਤਾ ਹੈ ਲਾਸਟ ਜਿਹੜਾ ਰਹਿ ਗਈ ਸੀ ਲਿਸਟ। ਤੁਹਾਡੇ ਕੋਲ ਹੈਗੀ ਹੈ? ਮੇਰੇ ਕੋਲ ਲਿਸਟ ਨਹੀਂ ਹੈਗੀ, ਪਰ ਮੈਂ ਤੁਹਾਨੂੰ ਆਪਣੀ ਕਈ ਬੰਦਿਆਂ ਦੀ ਐਗਜ਼ਾਮਪਲ ਦੇ ਦਿੰਦਾ, ਜਿਹੜਾ ਕਿ ਜਦੋਂ ਵੀ ਉਹ ਏਅਰਪੋਰਟ ਤੇ ਜਾਂਦੇ ਸੀ, ਇੰਡੀਆ ਜਾਂਦੇ ਸੀ, ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੁੰਦੀ ਸੀਗੀ, ਕਿਉਂਕਿ ਭਾਵੇਂ ਕਿ ਉਹ ਨਹੀਂ ਸੀ ਉਹਨਾਂ ਦਾ ਨਾਂ ਲਿਸਟ ਦੇ ਵਿੱਚ, ਪਰ ਉਹਨਾਂ ਦੇ ਨਾਂ ਸਿਮਿਲਰ ਸੀ ਜਿਹੜੇ ਕਿ ਆ ਰਹੀ ਸੂਚੀ ਦੇ ਵਿੱਚ ਸੀਗੇ। ਹੁਣ ਉਹ ਜਦੋਂ ਵੀ ਜਾਂਦੇ ਆ ਕੋਈ ਇਨਵੈਸਟੀਗੇਸ਼ਨ ਨਹੀਂ, ਯੂ ਕੈਨ ਟੈਲ ਕਿ ਉਹਨਾਂ ਨੇ ਰਿਮੂਵ ਕਰਤੀ, ਤੇ ਮੋਦੀ ਜੀ ਨੇ ਜਿਹੜੀ ਉਹਨਾਂ ਦੇ ਕੈਬਨਿਟ ਮੈਂਬਰ ਹੈਗੇ ਉਹਨਾਂ ਨੇ ਸਾਨੂੰ ਖੁਦ ਕਿਹਾ ਹੈਗਾ ਵੀ ਅਸੀਂ ਰਿਮੂਵ ਕਰਤੀ ਹੈਗੀ। ਸ਼ਮੀ ਜੀ, ਇੱਕ ਸਾਡੇ ਭਰਾਵਾਂ ਨੂੰ ਹੋਰ ਵੀ ਦੁਚਿੱਤੀ ਹੈਗੀ ਕਿ ਆਰਐਸਐਸ ਇਹਨਾਂ ਦਖਲ ਅੰਦਾਜ਼ੀ ਕਿਉਂ ਕਰਦੀ ਹੈ, ਕਿਉਂਕਿ ਉਹ ਤਾਂ ਬਿਲਕੁਲ ਐਕਸਟ੍ਰੀਮ ਉਹਨਾਂ ਦੀ ਪਾਰਟੀ ਹੈਗੀ ਹੈ, ਉਹਨਾਂ ਦਾ ਸਾਥੀ ਹੈਗਾ ਆਰਐਸਐਸ ਬੀਜੇਪੀ ਦਾ, ਤਾਂ ਉਹ ਦਖਲ ਅੰਦਾਜ਼ੀ ਗੁਰੂ ਘਰਾਂ ਦੇ ਵਿੱਚ, ਕਮੇਟੀਆਂ ਦੇ ਵਿੱਚ, ਔਰ ਉਹਨਾਂ ਦੀ ਦਖਲ ਅੰਦਾਜ਼ੀ ਤਾਂ ਹੁਣ ਲੋਕਲ ਗੁਰਦੁਆਰਾ ਸਾਹਿਬ USA ਦੇ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਹੈ। ਦੇਖੋ ਜੀ, ਜੇ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਆਪਣੇ ਕੁਛ ਕੁ ਸਿੱਖ ਲੀਡਰ ਹੈ, ਮੈਂ ਹੁਣ ਉਹਨਾਂ ਦੇ ਨਾਂ ਨਹੀਂ ਲੈਣਾ ਚਾਹਾਂਗਾ, ਉਹੀ ਇਨਵੋਲਵ ਹੈਗੇ ਇਹਨਾਂ ਦੇ ਵਿੱਚ, ਆਰਐਸ ਇੰਨੀ ਇਨਵੋਲਵ ਨਹੀਂ, ਉਹੀ ਉਹਨਾਂ ਨੂੰ ਪੁਸ਼ ਕਰ ਰਹੇ ਹੈ ਕੁਛ ਕੁ ਗਲਤ ਤੱਤਾਂ ਨੂੰ। ਸੋ ਮੋਦੀ ਸਾਹਿਬ ਉਹਦੇ ਵਿੱਚ ਕੋਈ ਇਨਵੋਲਵ ਨਹੀਂ, ਨਾ ਕਿ ਉਹਨਾਂ ਦੀ ਕੋਈ ਕੈਬਨਿਟ ਮੈਂਬਰ ਉਹਨਾਂ ਦਾ ਕੋਈ ਇਨਵੋਲਵ ਹੈ ਇਸ ਦੇ ਵਿੱਚ। ਤੁਸੀਂ ਕਹਿ ਰਹੇ ਕਿ ਜਿਹੜੇ ਸਾਡੇ ਲੋਕਲ ਪ੍ਰਬੰਧਕ ਹਨ, ਜਿਹੜੇ ਲੋਕਲ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਹਨ, ਉਹੀ ਆਰਐਸਐਸ ਦੇ ਨਾਲ ਰਾਬਤਾ ਕਾਇਮ ਕਰਦੇ ਨੇ, ਇਸ ਕਰਕੇ ਆਰਐਸਐਸ ਇੰਟਰਫੇਰੈਂਸ ਕਰਦੀ ਹੈ। ਇਹੀ ਪ੍ਰੋਬਲਮ ਹੈ, ਇਸੇ ਕਰਕੇ ਹੀ ਕਰ ਰਹੇ ਹੈਗੇ ਜਿਹੜੇ ਸੇਠੇ ਕਰੰਟਲੀ ਜਿਹੜੇ ਉੱਥੋਂ ਦੇ ਮੈਨੇਜਮੈਂਟ ਦੇ ਵਿੱਚ ਹੈਗੇ, ਭਾਵੇਂ ਤੁਸੀਂ SGPC ਦੇ ਵਿੱਚ ਲੈ ਲਓ ਜਾਂ ਹੋਰ ਮੈਨੇਜਮੈਂਟ ਹੈ। ਮੈਂ ਇੰਡੀਆ ਦੀ ਗੱਲ ਨਹੀਂ, ਮੈਂ ਅਮਰੀਕਾ ਦੀ ਗੱਲ ਕਰ ਰਿਹਾ। ਅਮਰੀਕਾ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਗੁਰਦੁਆਰਿਆਂ ਦੇ ਵਿੱਚ ਸਾਡੇ ਅਮਰੀਕਾ ਦੇ ਵਿੱਚ ਆਰਐਸਐਸ ਨਾਲ ਰਾਬਤਾ ਕਾਇਮ ਰੱਖਦੇ ਹਨ? ਨਹੀਂ, ਅਮਰੀਕਾ ਦੇ ਵਿੱਚ ਨਹੀਂ, ਮੈਂ ਕਹਿ ਰਿਹਾ ਇੰਡੀਆ ਦੇ ਵਿੱਚ, ਮੈਂ ਕਹਿ ਰਿਹਾ ਇੰਡੀਆ ਦੇ ਵਿੱਚ ਜਿਹੜੇ ਸਾਡੇ ਕੁਝ ਇੰਸਟੀਟਿਊਸ਼ਨ ਹੈ, ਇੰਡੀਆ ਦਾ ਤਾਂ ਹਾਲ ਸਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਪਤਾ ਹੈ, ਲੇਕਿਨ ਹੁਣ ਖਬਰਾਂ ਸਾਹਮਣੇ ਆਈਆਂ ਕਿ ਹੁਣ ਇੱਥੇ ਵੀ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਇੰਟਰਫੇਰੈਂਸ ਕਰਨੀ ਸ਼ੁਰੂ ਕਰਤੀ ਹੈ। ਨਹੀਂ, ਇੱਥੇ ਸਾਡੀ ਨਜ਼ਰ ਦੇ ਵਿੱਚ ਕੋਈ ਨਹੀਂ, ਅਸੀਂ ਗੁਰਦੁਆਰੇ ਦੇ ਵਿੱਚ ਪ੍ਰੈਜ਼ੀਡੈਂਟ ਵੀ ਹੈਗੇ, ਮੈਂਬਰਸ ਵੀ ਆ, ਇਹ ਹਜੇ ਕੋਈ ਗੱਲ ਨਹੀਂ। ਸਾਡੇ ਹੋਰ ਵੀ ਜਿਹੜੇ ਬ੍ਰਦਰਸ ਹੈਗੇ ਦੂਸਰੇ ਗੁਰਦੁਆਰਿਆਂ ਦੇ, ਸਾਨੂੰ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਐਸੀ। ਇੰਡੀਆ ਦੇ ਵਿੱਚ ਜ਼ਰੂਰ ਅਸੀਂ ਮੰਨਦੇ ਹਾਂਗੇ ਜੈਸ। ਅੱਛਾ, ਬਸ ਲੇਮੈਨ ਲੈਂਗੁਏਜ ਦੇ ਵਿੱਚ ਜਵਾਬ ਦੇ ਜਿਓ, ਇੱਕ ਵਰਡ ਦੇ ਵਿੱਚ ਕਿਉਂ ਪ੍ਰਧਾਨ ਮੰਤਰੀ ਮੋਦੀ ਨੂੰ ਬਣਾਇਆ ਜਾਏ ਮੁੜ ਤੋਂ ਪ੍ਰਧਾਨ ਮੰਤਰੀ? ਮੈਨੂੰ ਸਿਰਫ ਤਿੰਨ ਕੁਆਲਿਟੀ ਬਸ ਇੱਕ ਵਰਡ ਦੇ ਵਿੱਚ ਦੱਸੋ।
ਦੇਖੋ ਜੀ, ਉਹਨਾਂ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਸੀਗਾ ਮੰਗਾਂ ਬਾਰੇ, ਉਹਨਾਂ ਨੇ ਉਹ ਪੂਰੇ ਖਰੇ ਨਹੀਂ ਉਤਰੇ ਆ ਉਸ ਤੇ। ਤੁਹਾਨੂੰ ਜੋ ਮੈਂ ਸੁਣਾ ਦੱਸੀਆਂ ਹੁਣੀ ਵੀ ਇਹ ਮੰਗਾਂ ਉਹਨਾਂ ਨੇ ਸਾਡੀਆਂ ਮੰਨੀਆਂ ਹੈਗੀਆਂ, ਇਸ ਕਰਕੇ ਅਸੀਂ ਬਿਲੀਵ ਕਰਦੇ ਹਾਂ ਫਿਊਚਰ ਦੇ ਵਿੱਚ ਵੀ ਹੁਣੇ ਸਾਡੇ ਦਰਸ਼ਕ ਡਿਸਾਈਡ ਕਰ ਲੈਣਗੇ, ਫੋਨ ਕਰਨਗੇ ਸਾਨੂੰ, ਉਹ ਦੱਸਣਗੇ ਕਿ ਕਿਹੜੀ ਕਿਹੜੀ ਮੰਗਾਂ ਪੂਰੀਆਂ ਹੋਈਆਂ। ਦੂਜੀ ਗੱਲ, ਹਾਂਜੀ ਦੂਜੀ ਗੱਲ ਤੁਸੀਂ ਜ਼ਰੂਰ ਦੱਸੋ। ਅੱਛਾ ਦੂਸਰੀ ਗੱਲ ਦੇਖੋ, ਕਰਤਾਰਪੁਰ ਸਾਹਿਬ ਦਾ ਮੇਨ ਸੀਗਾ ਸਾਡਾ, ਸਾਰਿਆਂ ਦੀ ਇੱਛਾ ਸੀ ਉਹ ਖੁੱਲ ਹੀ ਜਾਣਾ। ਉਹ ਅਸੀਂ ਉਸ ਟਾਈਮ ਤੇ ਮੈਮੋਰੈਂਡਮ ਦੇ ਵਿੱਚ ਵੀ ਲਿਖਿਆ ਸੀ, ਅੱਜ ਮੋਦੀ ਜੀ ਨੇ ਅਪਰੂਵਲ ਦਿੱਤੀ ਹੈ ਤਾਂ ਹੀ ਇਹ ਪੂਰਾ ਕੰਮ ਚੜਿਆ ਗਾ। ਇਹ ਵੀ ਬਹੁਤ ਵੱਡੀ ਗੱਲ ਹੈਗੀ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ਨੂੰ ਚੜ ਜਾਊਗਾ ਕਿ ਨਹੀਂ। ਬਿਲਕੁਲ ਚੜੇਗਾ ਜੀ, ਬਿਲਕੁਲ। April 16 ਨੂੰ ਇੰਡੀਅਨ ਗਵਰਨਮੈਂਟ ਨੇ ਖੁਦ ਪਾਕਿਸਤਾਨ ਨੂੰ ਕਿਹਾ ਵੀ 16 ਨੂੰ ਮੀਟਿੰਗ ਕਰੋ ਸਾਡੇ ਨਾਲ, April 16 ਨੂੰ ਉਹ ਇੰਡੀਅਨ ਗਵਰਨਮੈਂਟ ਨੇ ਕਿਹਾ ਉਹਨਾਂ ਨੂੰ, ਤੇ ਇਹ ਪੂਰਾ ਸਿਰੇ ਚੜੇਗਾ ਗਾ, ਇਹਦੇ ਚ ਕੋਈ ਰੋਲਾ ਨਹੀਂ ਹੈਗਾ, ਰੁਕੇਗਾ ਨਹੀਂ ਹੁਣ। ਇਸ ਕਰਕੇ ਜਿਹੜੀਆਂ ਮੰਗਾਂ ਮੰਨੀਆਂ ਗਈਆਂ, ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜ਼ਰੂਰ ਉਹਨਾਂ ਨੂੰ ਦੁਬਾਰਾ ਜਿਤਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਿਹੜੀਆਂ ਸਾਡੀਆਂ ਹੋਰ ਡਿਮਾਂਡਸ ਹੈ ਅਸੀਂ ਉਹਨਾਂ ਤੋਂ ਅਪਰੂਵ ਕਰਵਾ ਸਕਦੇ ਹਾਂ। ਠੀਕ ਹੈ ਜੀ, ਸਾਨੂੰ ਪੂਰਾ ਯਕੀਨ ਹੈ। ਮਿਹਰਬਾਨੀ ਬਲਜਿੰਦਰ ਸਿੰਘ ਸ਼ਮੀ ਜੀ, ਇਹ ਸੀਗੇ ਬਲਜਿੰਦਰ ਸਿੰਘ ਸ਼ਮੀ, ਕੋਆਰਡੀਨੇਟਰ ਨੇ ਮੈਰੀਲੈਂਡ ਤੋਂ BJP ਦੇ, ਔਰ ਕਹਿੰਦੇ ਹੋਏ ਨਜ਼ਰ ਆਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਗੱਲਾਂ ਨੂੰ ਮੰਨਿਆ ਜਦ ਉਹ 2014 ਦੇ ਵਿੱਚ ਨਿਊਯਾਰਕ ਦੇ ਵਿੱਚ ਆਏ ਸੀਗੇ, ਅਤੇ ਅਸੀਂ ਇਸ ਕਰਕੇ ਉਹਨਾਂ ਦੀ ਸਪੋਰਟ ਕਰਾਂਗੇ। ਤੁਹਾਨੂੰ ਕੀ ਲੱਗਦਾ? ਹੇਠ ਲਿਖੇ ਨੰਬਰ ਦੇ ਉੱਤੇ ਕਰੋ ਕਾਲ ਔਰ ਦਿਓ ਆਪਣੇ ਤਰਕ ਔਰ ਪ੍ਰਤੀਕਰਮ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਜੀ, 2014 ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ, ਕੀ ਕੰਮ ਉਹਨਾਂ ਨੇ ਕੀਤੇ, ਇਹਦਾ ਅਸੀਂ ਜਾਇਜ਼ਾ ਲਿਆ ਔਰ ਪੁੱਛੇ ਸਵਾਲ। ਬਲਜਿੰਦਰ ਸਿੰਘ ਸ਼ਮੀ ਜੁੜੇ ਸੀਗੇ ਸਾਡੇ ਨਾਲ, ਔਰ ਇੱਕ ਮਸਲਾ ਜਿਹੜਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਉਸ ਦੇ ਉੱਤੇ ਵੀ ਮੈਂ ਤੁਹਾਡੇ ਪ੍ਰਤੀਕਰਮ ਜ਼ਰੂਰ ਚਾਹੁੰਦਾ, ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ, ਤੁਹਾਨੂੰ ਕੀ ਲੱਗਦਾ ਔਰ ਗਾਹਾਂ ਕੀ ਹੋਏਗਾ? ਇਹ ਇੱਕ ਰੋਡ ਮੈਪ ਸਿੱਖ ਡਾਇਸਪੋਰਾ ਇਸ ਟਾਈਮ ਬਣਾ ਰਿਹਾ, ਔਰ ਤੁਸੀਂ ਕੀ ਰੋਡ ਮੈਪ ਬਣਾਇਆ? ਮੈਂ ਚਾਹੁੰਦਾ ਕਿ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਜ਼ਰੂਰ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰੋ। ਕਾਫੀ ਸਾਰੀ ਕਾਲਾਂ ਇਸ ਟਾਈਮ ਹੋਲਡ ਦੇ ਉੱਤੇ ਪਈਆਂ, ਆਪਾਂ ਸ਼ੁਰੂਆਤ ਕਰਦੇ ਹਾਂ ਫੋਨ ਕਾਲਸ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਦੇਵ ਸਿੰਘ ਹੋ ਰਿਹਾ ਨਿਊਯਾਰਕ ਤੋਂ ਜੀ। ਹਰਦੇਵ ਸਿੰਘ ਜੀ, ਇਹਨਾਂ ਨੂੰ ਜਿਹਨਾਂ ਨੂੰ ਮਾੜੀ ਮੋਟੀ ਵੋਟੀ ਪਾਈ ਹੋ, ਇਹ ਤਾਂ ਏਦਾਂ ਦਾ ਕੁਛ ਕਰਨਾ ਹੀ ਕਰਨਾ ਹੈ। ਬਾਦਲ ਦਾ ਦੇਖੋ ਤੁਸੀਂ, ਉਹ 5 ਸਾਲ ਪਹਿਲਾਂ ਮੋਦੀ ਨੇ ਕਿਹਾ ਸੀ ਗੁਜਰਾਤ ਦੇ ਕਿਸਾਨਾਂ ਦਾ ਕਰੂੰਗਾ ਮਸਲਾ, ਹੁਣ ਕੀ ਹੱਲ ਕੀਤਾ? ਇਹ ਜਿਹੜਾ ਸੈਟ ਸੁਪਰੀਮ ਕੋਰਟ ਨੇ ਦੁਬਾਰਾ ਬਣਾਈ ਆ, ਮੋਦੀ ਨੇ ਨੀ ਕੁਛ ਵੀ ਕੀਤਾ ਵੀ ਆ, ਉਹਨੂੰ ਜਿਹੜੀ ਸਜ਼ਾ ਹੋ ਗਈ ਆ, ਜਿਹਨੇ ਕਿਹਨੂੰ ਦਿੱਤਾ 5-5 ਲੱਖ ਰੁਪਈਆ, ਸਿਰਫ 17 ਬੰਦਿਆਂ ਨੂੰ 5 ਸਾਲਾਂ ਦੇ ਵਿੱਚ ਕੁਛ ਨੀ। ਤਾਂ ਇਹਦੇ ਨਾਲ ਤਾਂ ਫਿਰ ਜਿਹੜੇ ਆਮ ਪਾਰਟੀ ਆ ਉਹਨੇ ਕਿੰਨਿਆਂ ਬੰਦਿਆਂ ਨੂੰ ਦਿੱਤੇ 5-5 ਲੱਖ ਰੁਪਈਆ? ਸ਼ਰਮ ਨੀ ਆਉਂਦੀ ਇਹਨਾਂ ਨੂੰ ਗੱਲਾਂ ਕਰਨ ਨੂੰ? ਇੱਥੇ ਬੈਠੇ ਮਾੜਾ ਮੋਟਾ ਜੇ ਮਿਲ ਗਿਆ ਤਾਂ ਠੀਕ ਹੈ। ਬਾਦਲ ਨੇ ਕੀ ਕਰ ਦਿੱਤਾ ਅੱਜ ਤਾਈ? ਉਹ ਵੀ ਸਿਰ ਉੱਥੇ ਜਿੱਗਿਆ ਤਾਂ ਉਹਨੇ ਕਿਹਾ ਕਿਸੇ ਕਿਸਾਨ ਦੇ ਬਾਰੇ ਵੀ ਆ ਕਿਸਾਨ ਨੂੰ ਹਾਲੇ, ਹੁਣ ਕੀ ਹਾਲ ਹੋ ਰਿਹਾ ਉੱਥੇ ਗੁਜਰਾਤ ਦੇ ਵਿੱਚ? ਇਹ ਸਾਰੀਆਂ ਗੱਲਾਂ ਕਰਨੇ ਵਾਲੀਆਂ ਹੀ ਆ, ਕੋਈ ਨੀ ਕਿਸੇ ਨੇ ਕਰਨਾ। ਮੋਦੀ ਤਾਂ ਸਭ ਤੋਂ ਗੰਦਾ ਆਦਮੀ ਆ ਜੀ। ਜੀ, ਆਪਾਂ ਕਿਸੇ ਦੇ ਉੱਤੇ ਪਰਸਨਲੀ ਅਟੈਕ ਨਾ ਕਰੀਏ, ਸਾਡੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਭੁਪਿੰਦਰ ਬਾਠ ਮਿਸ਼ੀਗਨ ਤੋਂ ਬੋਲਦਾ ਸਰ। ਸਤਿ ਸ਼੍ਰੀ ਅਕਾਲ ਬਾਠ ਸਾਹਿਬ, ਕੀ ਗੱਲ ਰੱਖਣਾ ਚਾਹੋਗੇ? ਮਿਹਰਬਾਨੀ ਸਰ, ਸਤਿ ਸ਼੍ਰੀ ਅਕਾਲ ਜੀ। ਆਲੂਵਾਲੀ ਸਾਹਿਬ, ਗੱਲ ਇਸ ਤਰ੍ਹਾਂ, ਤੁਸੀਂ ਉਹਨਾਂ ਨੂੰ ਸਵਾਲ ਕੀਤੇ ਬੜੇ ਵਧੀਆ ਤੇ ਉਹ ਪੈਰੋਂ ਕੱਢ ਲਿਆ, ਕਦੀ ਕੁਛ ਕਹਿੰਦਾ ਉਹਦੇ ਪੈਰ ਨਹੀਂ ਸੀਗੇ ਮੋਦੀ ਦੇ ਆਪਣੇ ਆਪਣੇ ਜਿਹੜੀ ਮੋਦੀ ਦੀ ਅਸੀਂ ਉਹਨਾਂ ਦੀ ਸਪੋਰਟ ਕਰੀਏ, ਉਹਨਾਂ ਨੇ ਜਿਹੜੀ ਸਪੋਰਟ ਮੰਗੀ ਆ। ਇਹ ਦੇਖੋ, ਇਹ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਪੰਜਾਬੀ ਸਿੱਖ ਆ ਜਾਂ ਕੋਈ ਵੀ ਭਾਈਚਾਰਾ ਪੰਜਾਬ ਤੋਂ, ਉਹ ਆਪਣੀ ਮਰਜ਼ੀ ਨਾਲ ਸਪੋਰਟ ਕਰਨਾ। ਮੈਨੂੰ ਇੰਨਾ ਪਤਾ, ਜਦੋਂ ਮੰਡੀ ਮੋੜ ਵਿੱਚ ਧਮਾਕਾ ਹੋਇਆ ਸੀ ਨਾ ਇੱਕ ਦਿਨ, ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਕਾਂਗਰਸ ਕੁਛ ਵੀ ਕਰਾ ਸਕਦੀ ਵੋਟਾਂ ਲੈਣ ਲਈ, ਤੇ ਉਹਨਾਂ ਨੇ ਉਹੀ ਕਰਵਾਇਆ ਅਗਲੇ ਦਿਨ, ਤੇ ਹਿੰਦੂ ਵੋਟ ਲੈ ਗਏ। ਤੇ ਹੁਣ ਦੇਖੋ, ਅੱਜ ਮੈਂ ਸਵੇਰੇ ਪਹਿਲਾਂ ਕਿਹਾ ਸੀਗਾ ਵੀ ਜੇ ਇਹਨਾਂ ਦੋਨਾਂ ਪਾਰਟੀਆਂ ਨੂੰ ਤੁਸੀਂ ਨਾ ਜਿਤਾਇਆ, 3-3, 4-4 ਸੀਟਾਂ ਨਾ ਦਿੱਤੀਆਂ, ਅੱਜ ਤਹਿਲਕਾ ਰੇਡੀਓ ਤੇ ਮੈਂ ਕਿਹਾ ਸੀਗਾ ਵੀ ਇਹ ਫਿਰ ਉਹੋ ਜਿਹੇ ਹਾਲਾਤ ਪੈਦਾ ਕਰਨਗੇ, ਤੇ ਅੱਜ ਹੀ ਸਰਹੰਦ ਤੇ ਇਹਨਾਂ ਨੇ ਬੰਬ ਉੱਥੇ ਰਖਵਾ ਕੇ ਬਾਅਦ ਚ ਉਹਨਾਂ ਨੂੰ ਨਕਾਰਾ ਕਰਤਾ। ਇਹਨਾਂ ਨੇ ਦੇਖੋ, ਜੇ ਤੁਸੀਂ ਨਾ ਇਹਨਾਂ ਨੂੰ 3-3, 4-4 ਸੀਟਾਂ ਦਿੱਤੀਆਂ ਨਾ, ਤੁਹਾਡਾ ਇਹ ਜਿਹੜਾ ਤੁਹਾਡਾ ਲਾਂਘਾ ਇਹਨਾਂ ਨੇ ਨਹੀਂ ਖੋਲਣ ਦੇਣਾ। ਮੈਂ ਇਸ ਗੱਲ ਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਅਸੀਂ ਵੇਖਿਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਕਾਇਦਾ ਤੌਰ ਦੇ ਉੱਤੇ CBI ਵੱਲੋਂ ਨੋਟਿਸ ਜਾਰੀ ਹੋਇਆ, ਤੇ ਹੁਣ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਕਿ ਬਈ ਤੁਸੀਂ ਪੰਜਾਬ ਦੇ ਵਿੱਚੋਂ ਨਾਨਾ ਕਰਦੇ, ਸਾਨੂੰ 3-4 ਸੀਟਾਂ ਦੇਣੀ ਹੈ।
लेकिन हुन इस प्रेशर नू किस तरीके नाल संभालणगे कैप्टन अमरिंदर सिंह और जिहड़ी हट्टी सट्टियां दी गल्लां सामने आ रही हैं अकाली दल और बीजेपी दे ते नाल कैप्टन अमरिंदर सिंह दी ਉਹ ਜਿਹੜੀ ਹੁਣ ਫਰੈਂਡਸ਼ਿਪ ਹੈ ਕਿ ਉਹ ਹੁਣ ਤਿੰਨ ਸੀਟਾਂ ਦੇ ਵਿੱਚ ਤਬਦੀਲ ਹੋਏਗੀ ਜਾਂ ਫਿਰ ਵਾਕਈ ਹੀ ਕਾਂਗਰਸ ਜੇਤੂ ਹੋਏਗੀ 13 ਸੀਟਾਂ ਦੇ ਉੱਤੇ ਅਤੇ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਕਿ ਬਈ ਕੌਣ ਜਿੱਤੂਗਾ ਪੰਜਾਬ ਦੇ ਵਿੱਚ 13 ਸੀਟਾਂ ਨੂੰ ਔਰ ਇਹਨਾਂ 13 ਸੀਟਾਂ ਦੇ ਵਿੱਚ ਕਿਹੜੇ ਕਿਹੜੀ ਜਿਹੜੇ ਉਮੀਦਵਾਰ ਹਨ ਉਹ ਸਾਹਮਣੇ ਆਉਣਗੇ ਜਿੱਤ ਕੇ ਔਰ ਕੌਣ ਰੀਪ੍ਰਜੈਂਟ ਕਰੇਗਾ ਪੰਜਾਬ ਨੂੰ ਵੱਡਾ ਸਵਾਲ ਬਣਿਆ ਹੋਇਆ ਇਹਨਾਂ ਸਵਾਲਾਂ ਦਾ ਵੀ ਜਵਾਬ ਮੈਂ ਲਵਾਂਗਾ ਔਰ ਤੁਸੀਂ ਕੀ ਸਮਝਦੇ ਹੋ ਔਰ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਵੀ ਆਪਣੇ ਤਰਕ ਪ੍ਰਤੀਕਰਮ ਮੇਰੇ ਨਾਲ ਰੱਖੋ ਇਸ ਬ੍ਰੇਕ ਤੋਂ ਬਾਅਦ ਤੇ ਸਾਡੇ ਨਾਲ ਕਾਫੀ ਸਾਰੇ ਕਾਲਰਸ ਜੁੜੇ ਹੋਏ ਹਨ ਬ੍ਰੇਕ ਤੋਂ ਬਾਅਦ ਅਸੀਂ ਜ਼ਰੂਰ ਉਹਨਾਂ ਦੇ ਹੁਣ ਕਾਲਸ ਲੈਣਾ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਲਾਈਨ ਰਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੋਂ ਕੈਲੀਫੋਰਨੀਆ ਤੋਂ ਬੋਲ ਰਿਹਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਠੀਕ ਹੋ ਜੀ ਬਸ ਜੀ ਹਾਂਜੀ ਮੈਂ ਸਿਰਫ ਇਹੋ ਕਹਿਣਾ ਚਾਹੁੰਦਾ ਵੀ ਜਿਹੜੇ ਤੁਸੀਂ ਲਿਆਉਂਦੇ ਹੋ ਨਾ ਜਿਵੇਂ ਆਇਆ ਸੀ ਹੁਣ ਮੈਰੀਲੈਂਡ ਤੋਂ ਬਣੇ ਬਲਜਿੰਦਰ ਸਿੰਘ ਜੀ ਜੀ ਇਹਨਾਂ ਨੂੰ ਤੁਸੀਂ ਰੱਖਿਆ ਕਰੋ ਇੱਥੇ ਸਾਹਮਣੇ ਲੋਕੀ ਜਿਹੜੇ ਫੋਨ ਕਰਦੇ ਜਵਾਬ ਉਦੋਂ ਦੇਣ ਜੀ 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 ਥੋੜ੍ਹਾ ਜਿਹਾ ਉਹਨੂੰ ਪੁੱਛ ਕੇ ਤੇ ਛੱਡ ਦਿੰਦੇ ਆ ਤੇ ਫਿਰ ਮਤਲਬ ਕਿਵੇਂ ਕੀ ਫਾਇਦਾ ਹੁੰਦਾ ਨਹੀਂ ਤੁਸੀਂ ਦੱਸੋ ਜੀ ਆਪਾਂ ਜ਼ਰੂਰ ਉਹਨਾਂ ਨੂੰ ਕਚਹਿਰੀ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੀ ਕਚਹਿਰੀ ਹੈ ਲੋਕਾਂ ਦੀ ਕਚਹਿਰੀ ਹੈ ਲਿਆਵਾਂਗੇ ਤੁਸੀਂ ਦੱਸੋ ਕੀ ਸਵਾਲ ਹੈ ਤੁਹਾਡਾ ਲੋਕਾਂ ਨੇ ਸਵਾਲਾਂ ਨੂੰ ਫੇਸ ਕਰਨਾ ਸਾਰਾ ਕੁਝ ਨਹੀਂ ਆਪਾਂ ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਸਟੂਡੀਓ ਵੀ ਲੈ ਕੇ ਆਵਾਂਗੇ ਤੁਹਾਡਾ ਕੀ ਸਵਾਲ ਹੈ ਅਸੀਂ ਜ਼ਰੂਰ ਇਹਨਾਂ ਤੋਂ ਉਹ ਵੀ ਬੁਲਾ ਲਵਾਂਗੇ ਇਹ ਵੀ ਨੇ ਵੀ ਆ ਮਤਲਬ ਆਰਐਸਐਸ ਵਿੱਚ ਜੇ ਦਖਲ ਅੰਦਾਜ਼ੀ ਦੇ ਜਾਂਦੀ ਖਰ ਸਮਝੇ ਕੋਈ ਨਹੀਂ ਇੱਕ ਹੀ ਆਪਣੇ ਸਾਡੇ ਜਿਹੜੇ ਆ ਜਿਵੇਂ ਅਕਾਲੀ ਨੇ ਇਹਨਾਂ ਦੇ ਪਾਰਟਨਰ ਨੇ ਇਹੋ ਹੀ ਜਿਹੜਾ ਸਭ ਚੁੱਪ ਕਰਕੇ ਵੀ ਦੇਖੀ ਜਾਂਦੇ ਸਹੀ ਜਾਂਦੇ ਸਾਰਾ ਕੁਝ ਨਹੀਂ ਆਪਾਂ ਇਹ ਸਵਾਲ ਉਹਨਾਂ ਤੋਂ ਜ਼ਰੂਰ ਰੱਖਿਆ ਕਿ ਆਰਐਸਐਸ ਦੀ ਦਖਲ ਅੰਦਾਜ਼ੀ ਕਿਉਂ ਹੁੰਦੀ ਹੈ ਨਹੀਂ ਉਹ ਤਾਂ ਰੱਖਿਆ ਪਰ ਮੈਂ ਜਿਹੜੇ ਲੋਕਾਂ ਦੇ ਫੋਨ ਆਉਂਦੇ ਨੇ ਉਹਨਾਂ ਦਾ ਜਵਾਬ ਦੇ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਗੱਲ ਰੱਖੋ ਅਸੀਂ ਲੈ ਲਾਂਗੇ ਉਹਨਾਂ ਤੋਂ ਜਵਾਬ ਤੁਸੀਂ ਰੱਖੋ ਕੀ ਸਵਾਲ ਤੁਹਾਡਾ ਮੈਂ ਦੱਸਿਆ ਤੁਹਾਨੂੰ ਵੀ ਇਹ ਬੋਲਦੇ ਕਿਉਂ ਨਹੀਂ ਕਰਦੇ ਠੀਕ ਹੈ ਜੀ ਆਪਾਂ ਇਹਨਾਂ ਨੂੰ ਸਟੂਡੀਓ ਲਿਆਵਾਂਗੇ ਹੋਰ ਦੱਸੋ ਇੱਕ ਦਿਨ ਲਿਆਵਾਂਗੇ ਇੱਥੇ ਤੇ ਪੂਰਾ ਟਾਈਮ ਰੱਖਿਓ ਜੀ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਰੀਕ ਸਿੰਘ ਪੰਨੂ ਬੋਲਦਾ ਅਲਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ ਠੀਕ ਹੋ ਬਹੁਤ ਬਹੁਤ ਕਿਰਪਾ ਜੀ ਅੱਛਾ ਮੈਂ ਨਾ ਦੋ ਕੁਐਸਚਨ ਆ ਇੱਕ ਤੇ ਜਿਹੜੇ ਸਾਡੇ ਕਿਸਾਨ ਕੱਛ ਦੇ ਵਿੱਚ ਉਜਾੜਾ ਹੋ ਰਿਹਾ ਜੀ ਇਹਨਾਂ ਗੁਜਰਾਤ ਵਿੱਚ ਉਹਦੇ ਬਾਰੇ ਕੀ ਕਰ ਰਹੇ ਆ ਦੂਸਰਾ ਜਿਹੜਾ ਕਿ 84 ਚ ਖਜ਼ਾਨਾ ਖਾਲਸਾ ਅੰਮ੍ਰਿਤਸਰ ਤੋਂ ਖਜ਼ਾਨਾ ਲੁੱਟ ਕੇ ਖੜੇ ਆ ਲਾਇਬ੍ਰੇਰੀ ਖੜੀ ਆ ਲਾਇਬ੍ਰੇਰੀ ਦੀਆਂ ਕਿਤਾਬਾਂ ਖੜੀਆਂ ਉਹਦਾ ਕੀ ਕੀਤਾ ਇਹਨਾਂ ਨੇ ਠੀਕ ਹੈ ਜੀ ਸੰਸ਼ੋਧਨ ਕੀਤਾ ਜਾਵੇ ਤੇ ਹੁਣ ਸਾਨੂੰ ਆਸ਼ਵਾਸਨ ਦੇ ਕੇ ਗਏ ਨੇ ਲੇਕਿਨ ਉਹਨੂੰ ਅਮਲੀ ਜਾਮਾ ਪਹਿਨਾਉਂਦੇ ਨਹੀਂ ਪਹਿਨਾਉਂਦੇ ਇੱਕ ਵੱਡਾ ਸਵਾਲ ਬਣਦਾ ਹੈਲੋ ਹੈਲੋ ਮੈਂ ਚਾਹਾਂਗਾ ਤੁਸੀਂ ਮੁੜ ਤੋਂ ਸਾਨੂੰ ਕਾਲ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਮਸ਼ੇਰ ਸਿੰਘ ਲਾਸ ਏਂਜਲਸ ਤੋਂ ਅਰਜ ਕਰਦਾ ਜੀ ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਿੰਘ ਜੀ ਠੀਕ ਹੈ ਸਭ ਕੁਝ ਲਾਸ ਏਂਜਲਸ ਦੇ ਵਿੱਚ ਹਾਂਜੀ ਠੀਕ ਠਾਕ ਜੀ ਜਿੱਥੋਂ ਤੱਕ ਇਹ ਸਵਾਲ ਆ ਕਿ ਭਾਰਤ ਵਿੱਚ ਹੋ ਰਹੀਆਂ ਚੋਣਾਂ ਵਿੱਚ ਸਿੱਖ ਕਿਸ ਦੀ ਮਦਦ ਕਰਨ ਜੀ 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 ਮੇਰਾ ਖਿਆਲ ਹੈ ਵੀ ਅਜੇ ਹਰ ਸਿੱਖ ਦਾ ਜੇ ਮਗਰੋਂ ਪਿੰਡਾਂ ਦੇਖਿਆ ਜਾਵੇ ਤਾਂ ਅਜੇ 84 ਦੇ ਜਿਹੜੇ ਜ਼ਖਮ ਨੇ ਉਹ ਬਹੁਤ ਅੱਲੇ ਨੇ ਭਾਵੇਂ ਕੇਂਦਰ ਦੇ ਵਿੱਚ ਦੋ ਹੀ ਪਾਰਟੀਆਂ ਨੇ ਜਿਨ੍ਹਾਂ ਨੇ ਸੱਤਾ ਸੰਭਾਲਣੀ ਆ ਭਾਜਪਾ ਜਾਂ ਕਾਂਗਰਸ ਦੋਵੇਂ ਹੀ ਪਾਰਟੀਆਂ ਘੱਟ ਗਿਣਤੀ ਵਾਲੀ ਠੀਕ ਨੇ ਪਰ ਜਿੱਥੋਂ ਤੱਕ ਦੋਨਾਂ ਚੋਂ ਕੰਪੈਰੀਜ਼ਨ ਦੀ ਸਵਾਲ ਹੈ ਜੇ ਅਸੀਂ ਅੱਜ ਕਰੀਏ 84 ਦੇ ਹਿਸਾਬ ਨਾਲ ਤਾਂ ਮੇਰਾ ਖਿਆਲ ਆ ਵੀ ਬੀਜੇਪੀ ਇਜ਼ ਬੈਟਰ ਦੈਨ ਕਾਂਗਰਸ ਕਿਉਂਕਿ ਕਾਂਗਰਸ ਦੇ ਵਿੱਚ ਉਹੀ ਪਰਿਵਾਰ ਨੇ ਅੱਗੇ ਆਉਣਾ ਜਿਹਨੇ 1984 ਦੇ ਵਿੱਚ ਸਿੱਖਾਂ ਲਈ ਭਜਾ ਲਿਆ ਸ਼ਮਸ਼ੇਰ ਸਿੰਘ ਜੀ ਕਾਂਗਰਸ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿਉਂਕਿ ਅਸੀਂ ਕਈ ਵਾਰ ਇਸ ਮੰਚ ਦੇ ਉੱਤੇ ਕਾਂਗਰਸ ਦੇ ਹਿਮਾਇਤੀਆਂ ਨੂੰ ਲੈ ਕੇ ਆਏ ਉਹ ਕਹਿੰਦੇ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜਿਹੜਾ
ਉਸ ਮੁਲਕ ਤੋਂ ਅਸੀਂ ਲੈ ਕੇ ਸਾਹਮਣੇ ਆਏ ਔਰ ਸਿੱਖਾਂ ਦੇ ਮਨਾਂ ਦੇ ਵਿੱਚ ਜੋ ਜ਼ਖਮ ਸੀਗੇ ਉਹ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਲੈ ਕੇ ਆ ਕੇ ਜਦ ਆਏ ਸੀਗੇ ਤਾਂ ਪੂਰੇ ਕੀਤੇ, ਤਾਂ ਤੁਹਾਨੂੰ ਕੀ ਲੱਗਦਾ ਇਸ ਦੇ ਉੱਤੇ? ਜੇ ਤੁਸੀਂ ਹਿੰਦੁਸਤਾਨ 'ਚ ਜਾਵੋ, ਮੈਂ ਹੁਣੇ ਜਾ ਕੇ ਅਜੇ ਵੀ ਕੰਧਾਂ 'ਤੇ ਲਿਖਿਆ ਹੋਇਆ, ਬੇਟੀ ਇੱਕ ਸਰਦਾਰ ਕੀ, ਦੇਸ਼ ਕੇ ਗਦਾਰ ਕੀ, ਕਿਉਂਕਿ ਉਹੀ ਪਰਿਵਾਰ ਹੈ ਜਿਹਨੇ ਕੰਧਾਂ 'ਤੇ ਲਿਖਿਆ, ਅੱਜ ਤੱਕ ਮਿਟਿਆ ਨਹੀਂ ਜੀ, ਉਹ ਜ਼ਖਮ ਅਜੇ ਅੱਲੇ ਹੀ ਨੇ। ਅੱਜ ਦੇ ਹਿਸਾਬ ਨਾਲ ਮੈਂ, ਮੇਰੇ ਇੱਕ ਸਿੱਖ ਹੋਣ ਦੇ ਨਾਤੇ, ਆਈ ਪ੍ਰੈਫਰ ਬੀਜੇਪੀ ਦੈਨ ਕਾਂਗਰਸ। ਠੀਕ ਹੈ, ਥੈਂਕ ਯੂ ਵੈਰੀ ਮੱਚ। ਠੀਕ ਹੈ ਸ਼ਮਸ਼ੇਰ ਸਿੰਘ ਜੀ, ਤੁਹਾਡੀ ਆਪਣੀ ਵਿਅਕਤੀਗਤ ਸੁਜੈਸ਼ਨ ਹੈਗੀ ਆ, ਉਹਨੂੰ ਅਸੀਂ ਜ਼ਰੂਰ ਇਸ ਮੰਚ ਦੇ ਉੱਤੇ ਰੱਖੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਵਰਜੀਨੀਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਮਿਹਰਬਾਨੀ, ਤੁਹਾਡਾ ਮੁੱਦਾ ਬਹੁਤ ਅੱਛਾ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ। ਮੈਂ ਕਹਿੰਦਾ ਹੁੰਦਾ ਰਿਆਤ ਸਾਹਿਬ ਨੂੰ ਕਿ ਪ੍ਰੋਗਰਾਮ ਲੈ ਕੇ ਆਇਆ ਜੋ, ਬਹੁਤ ਅੱਛੀ ਗੱਲ ਕਰਦੇ ਹੋ ਉਹਨਾਂ ਮੁੱਦਿਆਂ ਦੇ ਲੈ ਕੇ ਆਉਂਦੇ ਜਿਹਨਾਂ ਨੂੰ ਅੱਜ ਜਿੱਦਾਂ ਦੀ ਅੱਜ ਜ਼ਰੂਰਤ ਹੈ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸਭ ਤੋਂ ਵੱਡੀ ਗੱਲ ਹੈ, ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ ਜੀ, ਤੇ ਸਿੱਧੂ ਸਾਹਿਬ ਦਾ ਕੋਈ ਜ਼ਿਕਰ ਨਹੀਂ, ਜਿਹੜੇ ਕਿ ਮੋਹਰੀ ਬਣ ਕੇ ਅੱਗੇ ਲੱਗ ਕੇ ਕੰਮ ਕਰ ਰਹੇ ਸੀ। ਅਸੀਂ 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 ਕੋਸ਼ਿਸ਼ ਕਰ ਰਹੇ ਹਾਂ, ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜ਼ਰੂਰ ਲੈ ਕੇ ਆਵਾਂਗੇ ਇਸ ਮੰਚ ਦੇ ਉੱਤੇ। ਉਹਨਾਂ ਨੂੰ ਲੈ ਕੇ ਆਓ ਉੱਥੇ, ਜਿਹੜੇ ਅੱਜ ਵੀਰ ਜੀ ਆਏ ਸੀਗੇ, ਉਹਨਾਂ ਨੂੰ ਵੀ ਟਾਈਮ 'ਤੇ ਲੈ ਕੇ ਆਓ ਇੱਥੇ, ਇਨਵਾਈਟ ਕਰੋ ਉਹਨਾਂ ਨੂੰ। ਠੀਕ ਹੈ, ਤੋ ਜੇ ਪਬਲਿਕ ਦੇ ਸਵਾਲ ਸੁਣ ਕੇ ਉਹਨਾਂ ਦੇ ਸਹੀ ਮੌਕੇ 'ਤੇ ਜਵਾਬ ਦੇਣ। ਠੀਕ ਹੈ ਜੀ, ਠੀਕ ਹੈ ਜੀ, ਆਪਾਂ ਉਹਨਾਂ ਨੂੰ ਲਾਈਨ 'ਤੇ ਰੱਖਾਂਗੇ ਨਾਲ ਜ਼ਰੂਰ। ਹਾਂਜੀ, ਮਿਹਰਬਾਨੀ। ਠੀਕ ਠੀਕ ਹੈ ਜੀ, ਮਿਹਰਬਾਨੀ ਤੁਹਾਡੀ। ਤਾਂ ਅਸੀਂ ਜਿੱਥੇ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲ ਸਾਨੂੰ ਹੋਰ ਵੀ ਆ ਰਹੀਆਂ ਹਨ, ਲੇਕਿਨ ਅਸੀਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਅਪਡੇਟਸ ਉਹਨਾਂ ਗਲਿਆਰਾਂ ਤੋਂ ਨਿਕਲ ਕੇ ਸਾਹਮਣੇ ਆਉਣਗੇ ਭਾਰਤ ਤੋਂ ਜਾਂ ਫਿਰ ਪੰਜਾਬ ਤੋਂ, ਅਸੀਂ ਜ਼ਰੂਰ ਉਹਨਾਂ ਅਪਡੇਟਸ ਨੂੰ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਔਰ ਉਹਨਾਂ ਸਾਰੀ ਸ਼ਖਸੀਅਤਾਂ ਨਾਲ ਤੁਹਾਨੂੰ ਜ਼ਰੂਰ ਮੁਖਾਤਿਬ ਵੀ ਕਰਾਵਾਂਗੇ ਜੋ ਕਿ ਇਸ ਮੰਚ ਦੇ ਉੱਤੇ ਲਿਆਉਣੀ ਜ਼ਰੂਰੀਆਂ ਹਨ, ਕਿਉਂਕਿ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਰੋਡ ਮੈਪ ਤਿਆਰ ਕਰਨਾ ਹੈ, ਕਿਉਂਕਿ ਸਵਾਲ ਵੱਡਾ ਇੱਥੇ ਇਹ ਬਣਦਾ ਕਿ ਸਿੱਖ ਡਾਇਸਪੋਰਾ ਕਿਹਨੂੰ ਸਪੋਰਟ ਕਰੇ, ਹੁਣ ਸਿੱਖ ਡਾਇਸਪੋਰਾ ਕਿਹਦੇ ਉੱਤੇ ਵਿਸ਼ਵਾਸ ਕਰੇ? ਵੱਖ ਵੱਖ ਪਾਰਟੀਆਂ ਹੋਣ ਦੇ ਵਿੱਚ ਆਈਆਂ ਔਰ ਉਹਨਾਂ ਨੇ ਵੱਡੇ ਵੱਡੇ ਐਲਾਨ ਜਿਹੜੇ ਕੌਮ ਦੇ ਨਾਲ ਕੀਤੇ, ਲੇਕਿਨ ਜ਼ਮੀਨੀ ਪੱਧਰ ਦੇ ਉੱਤੇ ਕਿੰਨੇ ਕੰਮ ਕੀਤਾ ਹੈ ਅੱਜ ਤੱਕ ਅਸੀਂ ਨਹੀਂ ਵੇਖ ਪਾਏ, ਕਿਉਂਕਿ ਸਾਨੂੰ ਲੱਗਦਾ ਕਿ ਉਹ ਪਾਰਟੀ ਹੋਣ ਦੇ ਵਿੱਚ ਆਉਣੇ ਜ਼ਰੂਰ ਆਉਣੀ ਚਾਹੀਦੀ ਹੈ, ਜੋ ਕਿ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਕੇ ਦਿਖਾਏ, ਕਿਉਂਕਿ ਹਰ ਕਿਸੇ ਦਾ, ਹਰ ਪਾਰਟੀ ਦਾ ਆਪਣਾ ਇੱਕ ਟੀਚਾ ਹੁੰਦਾ, ਅਤੇ ਮੈਨੂੰ ਲੱਗਦਾ ਕਿ ਜਿਹੜੀਆਂ ਪਾਰਟੀਆਂ ਸਾਹਮਣੇ ਆਈਆਂ ਉਹਨਾਂ ਨੇ ਕੋਈ ਨਾ ਕੋਈ ਗੱਲ ਜ਼ਰੂਰ ਰੱਖੀ, ਲੇਕਿਨ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਅਤੇ ਜਿੱਥੇ ਸਾਨੂੰ ਸ਼ਮਸ਼ੇਰ ਸਿੰਘ ਜੀ ਕਹਿੰਦੇ ਹੋਏ ਨਜ਼ਰ ਆਏ ਕਿ ਸਾਨੂੰ ਬੀਜੇਪੀ ਨੂੰ ਸਪੋਰਟ ਜ਼ਰੂਰ ਕਰਨੀ ਬਣਦੀ ਹੈ, ਕਿਉਂਕਿ ਕਾਂਗਰਸ ਨੇ ਜੋ ਸਾਨੂੰ ਇੱਕ ਜ਼ਖਮ ਦਿੱਤਾ ਉਹ ਅੱਜ ਤੱਕ ਦੂਰ ਨਹੀਂ ਹੋ ਪਾਇਆ, ਕੀ ਤੁਹਾਨੂੰ ਲੱਗਦਾ ਕਿ 1984 ਦੇ ਜਿਹੜੇ ਜ਼ਖਮ ਨੇ ਅੱਜ ਵੀ ਤੁਹਾਡੇ ਮਨ ਮੰਦਰਾਂ ਦੇ ਵਿੱਚ ਤਾਜ਼ੇ ਹਨ? ਕਿਉਂਕਿ ਬੀਜੇਪੀ ਤਾਂ ਕਹਿੰਦੀ ਹੋਈ ਇਹ ਨਜ਼ਰ ਆ ਰਹੀ ਹੈ ਕਿ ਅਸੀਂ ਸੱਜਣ ਕੁਮਾਰ ਵਰਗੇ, ਜਗਦੀਸ਼ ਟੈਲਰ ਵਰਗਿਆਂ ਨੂੰ ਜ਼ਰੂਰ ਜੇਲ੍ਹ ਦੇ ਵਿੱਚ ਭੇਜਾਂਗੇ ਔਰ ਜੋ ਜ਼ਖਮ ਸਿੱਖ ਕੌਮ ਦੇ ਉੱਤੇ ਹਨ ਉਹਨਾਂ ਨੂੰ ਅਸੀਂ ਜ਼ਰੂਰ ਭਰਾਂਗੇ। ਤੁਹਾਨੂੰ ਕੀ ਲੱਗਦਾ? ਮੈਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਵੀ ਕਰ ਸਕਦੇ ਹੋ, info@justbroadcasting.com, harkirat@justbroadcasting.com ਦੇ ਉੱਤੇ ਰੱਖਾਂਗੇ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਜੀ, ਅਸੀਂ ਅਪਡੇਟ ਦੇ ਰਹੇ ਸੀਗੇ ਬ੍ਰੇਕ ਤੋਂ ਬਾਅਦ, ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਲੇਹ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਪੱਥਰ ਸਾਹਿਬ, ਉੱਥੇ ਖਬਰ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਦੇ ਉੱਤੇ, ਅਫਵਾਹਾਂ ਦਾ ਬਾਜ਼ਾਰ ਗਰਮ ਹੋ ਰਿਹਾ ਕਿ ਉੱਥੇ ਜਿਹੜੇ ਮੈਨੇਜਮੈਂਟ ਦੇ ਵਿੱਚ ਜਿਹੜੇ ਸਾਡੇ ਰਾਗੀ ਸਿੰਘ ਸੀਗੇ ਉਹਨਾਂ ਨੂੰ ਉੱਥੋਂ ਦੀ ਹਟਾਇਆ ਗਿਆ ਔਰ ਜਿਹੜਾ ਹਿੰਦੂ ਸੰਗਠਨ ਆ ਉਹਨੇ ਕੇਸਰੀ ਝੰਡੇ ਨੂੰ ਹਟਾ ਕੇ, ਯਾਨੀ ਕਿ ਕੇਸਰੀ ਨਿਸ਼ਾਨ ਸਾਹਿਬ ਨੂੰ ਹਟਾ ਕੇ ਆਪਣਾ ਜਿਹੜਾ ਭਗਵਾ ਰੰਗ ਦਾ ਝੰਡਾ ਹੈਗਾ ਉਹ ਉੱਥੇ ਬਕਾਇਦਾ ਤੌਰ 'ਤੇ ਲਾਇਆ ਗਿਆ ਔਰ ਜਿਹੜੇ ਉੱਥੇ ਦੇ ਲੋਕਲ ਵਸਨੀਕ ਹੈਗੇ ਆ ਜਿਹਦੇ ਵਿੱਚ ਬੁੱਧਿਜ਼ਮ ਕਮਿਊਨਿਟੀ ਜਿਹੜੀ ਆ ਉਹ ਉੱਚੇਚੇ ਤੌਰ ਦੇ ਉੱਤੇ ਬਹੁਤ ਹਾਵੀ ਹੈਗੀ ਹੈ, ਅਤੇ ਉਹਨਾਂ ਨੇ ਵੀ ਆਪਣਾ ਝੰਡਾ ਉੱਥੇ ਲਾਇਆ। ਮੈਂ ਤਸਵੀਰ ਇੱਕ ਵਾਰੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਜ਼ਰੂਰ ਦਿਖਾਉਣਾ ਚਾਹੁੰਦਾ, ਮੈਂ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਵੀ ਦੇ ਦੇਵਾਂ ਕਿ ਸਾਡੇ ਨਾਲ ਰੀਪ੍ਰਜੈਂਟੇਟਿਵ ਜੁੜੇ ਸੀਗੇ ਕੋਆਰਡੀਨੇਸ਼ਨ ਕਮੇਟੀ ਦੇ ਮੈਰੀਲੈਂਡ ਤੋਂ ਸ਼ਮੀ ਜੀ, ਜਿਨ੍ਹਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਇਸ ਖਬਰ ਦੇ ਉੱਤੇ ਆਪਣੀ ਨਜ਼ਰ ਬਣਾ ਕੇ ਰੱਖ ਰਹੇ ਹਾਂ ਔਰ ਕੇਂਦਰ ਸਰਕਾਰ ਤੋਂ ਜਵਾਬ ਮੰਗ ਰਹੇ ਹਾਂ ਔਰ ਇਨਵੈਸਟੀਗੇਟ ਕਰ ਰਹੇ ਕਿ ਇਹ ਕਿਉਂ ਹੋਇਆ, ਕਿਉਂਕਿ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਇੱਥੇ ਹੋਣ ਦੇ ਵਿੱਚ ਹੈਗਾ। 12,000 ਐਲਟੀਟਿਊਡ ਦੇ ਉੱਤੇ ਬਣਿਆ ਹੋਇਆ ਇਹ ਪੱਥਰ ਸਾਹਿਬ ਗੁਰਦੁਆਰਾ, ਆਪਣੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਔਰ ਗੂਗਲ ਦੇ ਉੱਤੇ ਅਸੀਂ ਜਦ ਵੇਖਦੇ ਹਾਂ ਤਾਂ ਇੱਕ ਵੱਖਰੀ ਹੀ ਪਹਿਚਾਣ ਬਣਾਉਂਦਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਸ ਗੁਰਦੁਆਰਾ ਸਾਹਿਬ ਨੂੰ ਉੱਤੇ, ਕਿਉਂ ਹਿੰਦੂ ਸੰਗਠਨ ਜਾਂ ਫਿਰ ਜਿਹੜਾ ਹਿੰਦੂ ਰਾਸ਼ਟਰ ਏਜੰਡੇ ਦੀ ਗੱਲ ਅਸੀਂ ਕਰਦੇ ਹੋਏ ਲੰਬੇ ਸਮੇਂ ਤੋਂ ਆ ਰਹੇ ਸੀਗੇ ਔਰ ਬੀਜੇਪੀ ਦੇ ਵੱਖ ਵੱਖ ਅਸੀਂ ਸੀਨੀਅਰ ਲੀਡਰਸ ਨੂੰ ਇਸ ਮੰਚ ਦੇ ਉੱਤੇ ਵੀ ਬਕਾਇਦਾ ਤੌਰ ਦੇ ਉੱਤੇ ਲੈ ਕੇ ਆਏ, ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਔਰ ਕੋਈ ਵੀ ਇਹ ਗੱਲ ਨਹੀਂ ਹੈ ਕਿ ਜਿੱਥੇ ਸਿੱਖ
ਕੌਮ ਦਾ ਜਾਂ ਫਿਰ ਘੱਟ ਗਿਣਤੀਆਂ ਦਾ ਉੱਥੇ ਘਾਣ ਹੋ ਰਿਹਾ। ਲੇਕਿਨ ਫਿਰ ਜਦ ਅਜਿਹੀਆਂ ਖਬਰ ਸਾਹਮਣੇ ਆਉਂਦੀਆਂ ਹਨ ਤਾਂ ਫਿਰ ਦਸਤਕ ਦਿੰਦੀਆਂ ਹਨ ਜਿੱਥੇ ਅਸੀਂ ਸਵਾਲ ਪੁੱਛਦੇ ਹਾਂ। ਤੁਹਾਨੂੰ ਕੀ ਲੱਗਦਾ, ਤੁਸੀਂ ਕਾਲ ਸਾਨੂੰ ਕਰ ਰਹੇ ਹੋ? ਮੈਂ ਵੇਖ ਪਾ ਰਿਹਾ ਕਾਫੀ ਸਾਰੀ ਫੋਨ ਕਾਲਸ ਇਸ ਟਾਈਮ ਸਾਡੇ ਫੋਨ ਲਾਈਨ ਦੇ ਉੱਤੇ ਹੈਗੀਆਂ। ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਤੁਸੀਂ ਆਪਣਾ 30-30 ਸੈਕਿੰਡ ਆਪਣੇ ਪ੍ਰਤੀਕਰਮ ਜ਼ਰੂਰ ਦਿਓ, ਕਿਉਂਕਿ ਸਮਾਂ ਸਾਡੇ ਕੋਲ ਬਹੁਤਾ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਦਰਸ਼ਨ ਬੋਲਦਾ ਜੀ, ਲੋਸ ਏਂਜਲਸ ਤੋਂ। ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਹੁਣ ਮੈਂ ਤਾਂ ਤੁਹਾਨੂੰ ਸ਼ੋਰਟ ਕੇ ਜੇ ਤੁਹਾਨੂੰ ਜਵਾਬ ਦੇ ਦੇਵਾਂ ਬਈ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ, ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਜਿਹੜੇ ਆਪਣੇ 84 ਦੰਗਾ ਪੀੜਤ ਸੀ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ, ਉਹਨਾਂ ਦੇ ਘਰਾਂ ਦੀ ਰਿਪੇਅਰ ਕਰਾਈ, ਆਨੰਦ ਮੈਰਿਜ ਐਕਟ ਲਾਗੂ ਕੀਤਾ। ਠੀਕ ਹੈ ਜੀ। ਬਾਕੀ ਦੇ ਗੱਲ ਇਹਨਾਂ ਦੀ ਕਾਂਗਰਸੀਆਂ ਦੀ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ, ਤੁਸੀਂ ਕਰਤੂਤ ਦੇਖ ਦਿਖਾਈ ਹੋਈ ਆ, ਹੁਣ ਇਹਨਾਂ ਦੀ ਗੁਰਦੁਆਰੇ ਦੀ ਉੱਥੇ ਜੋ ਲੇਹ ਲਦਾਖ ਚ ਕੀਤਾ ਉਹ ਇਹਨਾਂ ਦੀ ਕਰਤੂਤ ਹੀ ਹੈ, ਤੇ ਇਸ ਕਰਕੇ ਨਾ ਭਾਰਤੀ ਜਨਤਾ ਪਾਰਟੀ ਨਾ ਦੂਜੇ ਤੇ ਨਾ ਕੋਈ ਹੋਰ, ਇਹ ਆਮ ਆਦਮੀ ਪਾਰਟੀ ਹੈ ਜਿਹੜੀ ਸਿੱਖਾਂ ਨੂੰ ਤੇ ਕਹਿੰਦੇ ਹਰ ਕਮਿਊਨਿਟੀ ਨੂੰ ਖੁਸ਼ ਰੱਖ ਸਕਦੀ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਸਮਝਿਆ ਲੋਕ ਲੱਗੇ ਹੋਏ। ਧੰਨਵਾਦ ਦਰਸ਼ਨ ਸਿੰਘ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਛਤਰ ਸਿੰਘ ਸੈਣੀ ਬੋਲ ਰਿਹਾ ਇੱਥੇ ਵਾਸ਼ਿੰਗਟਨ ਡੀਸੀ ਏਰੀਆ 'ਚ। ਸਤਿ ਸ਼੍ਰੀ ਅਕਾਲ ਛਤਰ ਸਿੰਘ ਜੀ, ਮੈਂ ਸਪੋਰਟ ਕਰਦਾ ਜਿਹੜਾ ਸ਼ੰਮੀ ਸਾਹਿਬ ਨੇ ਜਵਾਬ ਦਿੱਤੇ ਨੇ, ਉਹ ਬੜੇ ਚੰਗੇ ਜਵਾਬ ਸੀਗੇ। ਠੀਕ ਹੈ ਜੀ। ਮੈਂ ਵੀ ਮੋਦੀ ਸਾਹਿਬ ਨੂੰ ਸਪੋਰਟ ਕਰਦਾ ਦੂਜੀ ਵਾਰੀ ਇਲੈਕਸ਼ਨ ਵਾਸਤੇ। ਸਭ ਤੋਂ ਜ਼ਿਆਦਾ ਬੜਾ ਮੁੱਦਾ ਇਹ ਆ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਜਿਹੜਾ ਇਸ ਸਾਲ ਤੇ ਨੈਕਸਟ ਈਅਰ ਪ੍ਰੋਗਰਾਮ ਕਰਦੇ ਨੇ ਉਹ ਬੜੇ ਚੰਗੇ ਲੱਗੇ ਨੇ। ਚਲੋ, 16 ਅਪ੍ਰੈਲ ਨੂੰ ਸ਼ੰਮੀ ਜੀ ਨੇ ਦੱਸਿਆ ਕਿ ਅਸੀਂ ਮੀਟਿੰਗ ਬੁਲਾਈ ਹੈ, ਉਸ ਤੋਂ ਬਾਅਦ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਕਿਸ ਪੇਜ ਦੇ ਉੱਤੇ ਹੈਗੀ ਹੈ ਕੇਂਦਰ ਸਰਕਾਰ। ਬਹੁਤ ਬਹੁਤ ਮਿਹਰਬਾਨੀ। ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਮੈਂ ਤੁਹਾਡੇ ਇੱਕ ਫੋਨ ਕਾਲ ਜ਼ਰੂਰ ਲੈਣਾ ਚਾਹੁੰਦਾ ਸੀਗਾ, ਲੇਕਿਨ ਮੈਂ ਮਾਫੀ ਜ਼ਰੂਰ ਮੰਗਦਾ ਉਹਨਾਂ ਸਾਰੇ ਕਾਲਰਸ ਨੂੰ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੱਕ ਪਾ ਰਿਹਾ। ਲੇਕਿਨ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਰੋਜ਼ ਕਾਲ ਕਰਦੇ ਹੋ। ਮੈਨੂੰ ਮੇਲ ਕਰ ਸਕਦੇ ਹੋ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਅਸੀਂ ਤੁਹਾਡੇ ਜ਼ਰੂਰ ਉੱਥੇ ਫੀਡਬੈਕ ਜ਼ਰੂਰ ਲਵਾਂਗੇ ਔਰ ਰਿਵਰਟ ਕਰਨ ਦੀ ਵੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇਹ ਨਹੀਂ। ਮੈਨੂੰ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰਾਖਾ।